ਮਨ ਦੀ ਮੈਂ ਸੁਣ ਸ਼ਬਦ ਵਿਚਾਰਾ ਮਨ ਦੀ ਮੈਂ ਸੁਣ ਸ਼ਬਦ ਵਿਚਾਰਾ ਜਿਵੇਂ ਧਮ ਵਰਸੈ ਉਰਤ ਧਾ ਮਨ ਵੀ ਮੈਂ ਸੁਣ ਸ਼ਬਦ ਵਿਚਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸ਼ੁਕਰ ਵਾਹਿਗੁਰੂ ਜੀ ਸਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਜਿਤਨੀ ਕਿ ਤੁੱਛ ਜੀ ਮਤ ਗੁਰੂ ਸਾਹਿਬ ਨੇ ਵਰਤੀ ਹੈ ਕੁਛ ਮਤ ਅਨਸਾਰ ਗੁਰੂ ਕੀ ਵਿਚਾਰ ਲੈ ਕੇ ਤੁਹਾਡੇ ਘਰ ਵਿੱਚ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ ਆਓ करिए دیدار ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 342 ਦੇ ਉੱਪਰ ਅੰਕਿਤ ਭਗਤ ਕਬੀਰ ਜੀ ਦੀ ਗੌੜੀ ਰਾਗ ਵਿੱਚ ਉਚਾਰਨ ਕੀਤੀ ਹੋਈ 52 ਅਖਰੀ ਨਾਮ ਦੀ ਬਾਣੀ ਦੀ ਵਿਚਾਰ ਚੱਲ ਰਹੀ ਹੈ 29 ਪਦਿਆਂ ਦੀ ਵਿਚਾਰ ਆਪਾਂ ਕੱਲ ਤੱਕ ਕੀਤੀ ਸੀ ਅਜਤੀਮਾ ਪਤਾ ਹੈ ਪੱਬਾ ਅੱਖਰ ਤੋਂ ਸਾਨੂੰ ਸਿਖਾ ਰਹੇ ਨੇ ਪੱਬਾ ਭੇਦ ਦਾ ਹੈ ਭੇਦ ਮਲਾਵਾ ਪੱਬੇ ਅੱਖਰ ਤੋਂ ਕਹਿ ਰਹੇ ਨੇ ਕਿ ਸਾਡੇ ਅੰਦਰ ਭੇਦ ਹੁੰਦਾ ਵਿਥ ਦੂਰੀ ਉਹ ਜਿਹੜੀ ਦੂਰੀ ਪਈ ਹੋਈ ਹੈ ਦੂਰੀ ਕੀ ਹੈ ਜਪਜੀ ਸਾਹਿਬ ਦੀ ਬਾਣੀ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਮਨ ਜਿਸ ਤਰ੍ਹਾਂ ਦੀ ਭਾਵਨਾ ਦੇ ਨਾਲ ਕੰਮ ਕਰਦਾ ਹੈ ਭਾਵ ਜਿਸ ਤਰ੍ਹਾਂ ਦੀ ਭਾਵਨਾ ਨਾਲ ਸੁਣਦਾ ਹੈ ਜਿਸ ਤਰ੍ਹਾਂ ਦੀ ਭਾਵਨਾ ਨਾਲ ਦੇਖਦਾ ਹੈ ਜਿਸ ਤਰ੍ਹਾਂ ਦੀ ਭਾਵਨਾ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਮਿਸ਼ਨ ਨਿਸ਼ਾਨੇ ਬਣਾਉਂਦਾ ਹੈ ਕੰਮ ਕਰਦਾ ਹੈ ਕੁਝ ਐਸੀ ਭਾਵਨਾ ਹੈ ਜਿਹਦੇ ਚੋਂ ਨਿਕਲੇ ਹੋਏ ਕਰਮ ਜਿਹੜੇ ਨੇ ਉਹ ਮੈਲੇ ਨੇ ਘਟੀਆਂ ਸੋਚਦੇ ਨੇ ਛੋਟੀ ਸੋਚਦੇ ਇੱਕ ਭਾਵਨਾ ਉਹ ਹੈ ਜਿਹਦੇ ਵਿੱਚੋਂ ਵੱਡੀ ਸੋਚ ਵਾਲੇ ਕਰਮ ਨਿਕਲਦੇ ਨੇ ਹੁਣ ਕੁਝ ਕਰਮੋ ਨੇ ਮਨ ਤੇ ਮਤ ਦੁਆਰਾ ਕੀਤੇ ਹੋਏ ਜਿਹਦੇ ਨਾਲ ਰੱਬ ਦੀ ਦੂਰੀ ਪੈਂਦੀ ਹੈ ਇਹਨੂੰ ਆਪਾਂ ਸੱਚਾ ਚੰਗਾ ਨਹੀਂ ਲੱਗਦਾ ਉਹ ਰਸ ਚੰਗੇ ਨਹੀਂ ਲੱਗਦੇ ਦੂਸਰੇ ਰਸਾਂ ਵਿੱਚ ਉਲਝ ਜਾਂਦਾ ਕੁਝ ਕਰਮੋ ਨੇ ਜਿਹਦੇ ਨਾਲ ਇਹ ਰਸ ਚੰਗੇ ਲੱਗਦੇ ਨੇ ਉਹਨਾਂ ਰਸਾਂ ਤੋਂ ਕਿਹੜਾ ਛੁੱਟਦਾ ਹੈ ਉਹ ਦੂਰੀ ਹੈ ਉਹ ਨੇੜਤਾ ਹੈ ਰੱਬ ਦੇ ਰਸਾਂ ਵੱਲ ਤੁਰੇਗਾ ਨੇੜਤਾ ਹੈ ਦੂਸਰੇ ਰਸਾਂ ਵਿੱਚ ਉਲਝ ਜਾਏਗਾ ਦੂਰੀ ਹੈ ਉਹ ਜਿਹੜੀ ਦੂਰੀ ਬਿਤ ਪਈ ਹੋਈ ਹੈ ਜੇ ਉਸ ਬਿੱਥ ਨੂੰ ਮੇਟ ਲਵੇ ਛੇ ਦਿਨਾਂ ਹੁੰਦਾ ਛੇ ਦਿਨਾਂ ਤਾਂ ਇਹਦਾ ਮਿਲਾਪ ਹੋ ਜਾਂਦਾ ਭਾਵੇਂ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਹਾਜ਼ਰ ਨਾਜ਼ਰ ਮਹਿਸੂਸ ਹੁੰਦੇ ਨੇ ਹਰ ਵਰਤਾਰੇ ਵਿੱਚ ਫਿਰ ਸੱਚਾ ਗਿਆਨ ਬਣ ਕੇ ਵਾਹਿਗੁਰੂ ਜੀ ਮਨੁੱਖ ਨੂੰ ਰਹਿਨਮਾਈ ਕਰਦੇ ਨੇ ਅਬ ਪਹੁ ਪਾਨ ਪਰੋਸੋ ਆਵੇ ਉਹ ਜਿਹੜਾ ਦੁਨਿਆਵੀ ਰਸਾਂ ਦੇ ਵਿੱਚ ਮਨ ਖੁਲਜਦਾ ਹੈ ਨਾ ਇਹਦੇ ਅੰਦਰ ਇੱਕ ਪੈ ਬੈਠਾ ਹੋਇਆ ਹੈ ਇਹਦੇ ਤੋਂ ਬਿਨਾ ਜ਼ਿੰਦਗੀ ਜਿਉਣੀ ਔਖੀ ਹੈ ਜਿਵੇਂ ਲੋਕ ਲਾਜ ਹੈ ਲੋਕਾਂ ਨੂੰ ਖੁਸ਼ ਕਰਨ ਵਾਸਤੇ ਬਹੁਤ ਸਾਰੀ ਫਜ਼ੂਲ ਖਰਚੀ ਵੀ ਕਰਦਾ ਹੈ ਲੋਕਾਂ ਨੂੰ ਖੁਸ਼ ਕਰਨ ਵਾਸਤੇ ਬਹੁਤ ਕੁਝ ਕਰਦਾ ਹੈ ਮਨ ਇੱਕ ਪੈ ਹੈ ਨਹੀਂ ਜੀ ਇਹ ਕਰਨਾ ਪੈਂਦਾ ਜੀ ਇਸੇ ਤਰ੍ਹਾਂ ਗਮਾਨ ਵਿਖਾਵੇ ਵਿੱਚ ਬਹੁਤ ਕੁਝ ਕਰਦਾ ਹੈ ਇਹਦੇ ਅੰਦਰ ਪੈ ਬੈਠਾ ਨਹੀਂ ਨਹੀਂ ਜੀ ਇਹਦੇ ਬਿਨਾ ਜੀ ਪ੍ਰਭਾਵ ਨਹੀਂ ਪੈਂਦਾ ਜੀ ਕਦੀ ਬੰਦਾ ਝੂਠ ਬੋਲ ਕੇ ਚੁਸ ਚਲਾਕੀਆਂ ਦੇ ਨਾਲ ਆਪਣਾ ਕੰਮ ਕੱਢਦਾ ਹੈ ਭੈ ਬੈਠਾ ਹੈ ਦੇ ਬਿਨਾਂ ਜੀ ਨਹੀਂ ਕੰਮ ਨਹੀਂ ਹੋਣਾ ਜੀ ਅਗਰ ਉਸ ਭੈ ਨੂੰ ਜ਼ਿੰਦਗੀ ਵਿੱਚੋਂ ਖਤਮ ਕਰ ਲਵੇ ਉਸ ਭੈ ਨੂੰ ਉਸ ਭੈ ਤੋਂ ਉੱਪਰ ਉਠੇ ਤਾਂ ਫਿਰ ਇਸ ਨੂੰ ਰੱਬ ਤੇ ਪ੍ਰਸਾਉਂਦਾ ਹੈ ਕਹਿਣ ਲੱਗੇ ਅੱਬਾ ਘਰ ਤੋਂ ਕਹਿ ਰਹੇ ਨੇ ਉਹ ਜਿਹੜੀ ਦੂਰੀ ਐ ਉਹ ਮਿਟੀ ਤੇ ਰੱਬ ਨਾਲ ਮਿਲਪ ਹੋਇਆ ਹੁਣ ਪ੍ਰੋਸਾ ਆ ਗਿਆ ਕਿਉਂਕਿ ਉਹ ਪੈ ਜਿਹੜਾ ਹੈ ਜ਼ਿੰਦਗੀ ਵਿੱਚੋਂ ਖਤਮ ਹੋ ਗਿਆ ਜੋ ਬਾਹਰ ਸੋ ਭੀਤਰ ਜਾਣਿਆ ਜਿਸ ਨੂੰ ਬਾਹਰ ਰੱਬ ਨੂੰ ਸੱਚੇ ਗਿਆਨ ਦੇ ਰੂਪ ਵਿੱਚ ਗੁਣਾ ਦੇ ਰੂਪ ਵਿੱਚ ਨਿਜ਼ਮ ਦੇ ਰੂਪ ਵਿੱਚ ਹਰ ਥਾਂ ਤੇ ਸਮਝਿਆ ਸੀ ਉਹ ਅੰਦਰ ਵੀ ਉਹਦੀ ਜੋਤ ਦੇ ਨਾਲ ਜਾਣਿਆ ਤੋਂ ਪਾਵ ਪਛਾਣ ਬਣ ਗਈ ਇਕ ਮਿਲਾਪ ਬਣ ਗਿਆ ਇਕ ਸਾਂਝ ਬਣ ਗਈ ਹਰ ਬਲੇ ਰੱਬ ਦੀ ਪੈ ਪਾਪਨੀ ਵਿੱਚ ਫੈਸਲਾ ਲੈਣਾ ਉਹਦੀ ਮਿੱਠੀ ਮਿੱਠੀ ਯਾਦਾਂ ਸਿਮਰਨ ਰਾਸ ਵਿੱਚ ਜਿਉਣਾ ਚੰਗਾ ਲੱਗਣ ਲੱਗ ਪਿਆ ਭਾ ਯਾ ਭੇਦ ਭੂਪਤ ਪਹਿਚਾਣਨੇ ਆ ਜਦੋਂ ਜ਼ਿੰਦਗੀ ਨੂੰ ਪਰਚੋਲਿਆ ਆਪਣੇ ਸੁਭਾਅ ਨੂੰ ਆਪਣੀ ਸੋਚ ਨੂੰ ਪਰਚੋਲਿਆ ਜਦੋਂ ਇਹ ਗੱਲ ਸਮਝ ਆਈ ਬੰਦੇ ਖੋਜ ਦਿਲ ਹਰ ਰੋਜ਼ ਨਾ ਫੇਰ ਪਰੇਸ਼ਾਨੀ ਮਾਹ ਆਪਣੇ ਵਿਚਾਰਾਂ ਨੂੰ ਪਰਚੋਲੇ ਆ ਪਤਾ ਲੱਗਿਆ ਮੇਰੇ ਵਿਚਾਰ ਮੈਨੂੰ ਉਲਝਾ ਰਹੇ ਨੇ ਆਪਣੀ ਸੋਚ ਨੂੰ ਪਰਚੋਲੇ ਆ ਪਤਾ ਲੱਗਿਆ ਇਹ ਸੋਚ ਜਿਹੜੀ ਹੈ ਉਹ ਲੋਭ ਹਾਲਤ ਚ ਸਵਾਰਥ ਵਿੱਚ ਜਾ ਰਹੀ ਹੈ ਜਦੋਂ ਆਦਤਾਂ ਨੂੰ ਫਰੋਲੇ ਆ ਪਤਾ ਲੱਗਿਆ ਮੇਰੇ ਅੰਦਰ ਨਿੰਦਾ ਦੀਆਂ ਆਦਤਾਂ ਨੇ ਟਾਈਮ ਵੇਸਟ ਕਰਨ ਦੀਆਂ ਆਦਤਾਂ ਨੇ ਤੇ ਜਿਉ ਇਸ ਨੂੰ ਪਰਚੋਲੇ ਆ ਭੇਦ ਆਇਆ ਭੇਦ ਆਇਆ ਸਭੂ ਪਦਯਾਰਥ ਤੇ ਪ੍ਰਭੂ ਹੈ ਵਾਹਿਗੁਰੂ ਜੀ ਉਨ ਨੂੰ ਪਹਿਚਾਨਿਆ ਤੋਂ ਪਾਪ ਉਹਦੇ ਨਾਲ ਸਾਂਝ ਬਣ ਗਈ। ਉਹਦੀ ਮਿੱਟੀ ਮਿੱਟੀ ਯਾਦ ਇਸ ਮਨਨ ਰਾਸ ਵਿੱਚ ਜਿਉਣਾ ਬਹੁਤ ਚੰਗਾ ਲੱਗਣ ਲੱਗ ਪਿਆ। ਮਮਾ ਮੂਲ ਕਹਿਆ ਮਨ ਮਨ ਮਮਾ ਅਖਰ ਤੋਂ ਕਹਿ ਰਹੇ ਨੇ ਕਿ ਜਦੋਂ ਮਨ ਨੂੰ ਆਪਣੇ ਮੂਲ ਦੀ ਪਹਿਚਾਨ ਆਈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਹ ਤਾਂ ਗੁਣੀ ਨਿਧਾਨ ਦੀ ਜੋਤ ਹੈ ਮਨ ਫਿਰ ਔਗਣਾ ਵਿੱਚ ਕਿਉਂ ਜੀਵੇ? ਤ੍ਰਿਗੁਣਾਂ ਦੀ ਕਦਰ ਸਮਝ ਆਈ ਜਦੋਂ ਜਨਮ ਹੋਇਆ ਸੀ ਉਦੋਂ ਮੂਲ ਗੁਣਾ ਵਿੱਚ ਸੀ ਨੀਅਤ ਸ਼ੁੱਧ ਸੀ ਵਿਚਾਰ ਪਵਿੱਤਰ ਸਨ ਸੋਚ ਪਵਿੱਤਰ ਸੀ ਤਾਂ ਲੱਗਿਆ ਮੇਰਾ ਮੂਲ ਤਾਂ ਆ ਹੈ ਜਦੋਂ ਉਸ ਮੂਲ ਨੂੰ ਪਹਿਚਾਨਿਆ ਤੇ ਉਸ ਮੂਲ ਨੂੰ ਪ੍ਰਾਪਤ ਕੀਤਾ ਭਾਵ ਗੁਣਾ ਵਾਲਾ ਜੀਵਨ ਪਵਿੱਤਰ ਸੋਚ ਚੰਗੀ ਸੋਚ ਚੰਗਾ ਜਜ਼ਬਾ ਮਨ ਮਨ ਤੇ ਮਨ ਉਸ ਵਿੱਚ ਭਿੱਜਣ ਲੱਗ ਪਿਆ ਮਨ ਨੂੰ ਚੰਗਾ ਲੱਗਣ ਲੱਗ ਪਿਆ ਮਰਮੀ ਹੋਏ ਸੋ ਮਨ ਕੌ ਜਾਨੈ ਕਹਿੰਦੇ ਜਦੋਂ ਭੇਤੀ ਹੋ ਗਿਆ ਨੇ ਇਸ ਮਨ ਦਾ ਆਪਣੇ ਆਪ ਨੂੰ ਪਰਚੋਲਿਆ ਆਪਣੀ ਸੋਚ ਸੁਭਾਅ ਨੂੰ ਪਰਚੋਲਿਆ ਮਰਮੀ ਹੁੰਦਾ ਭੇਤੀ ਤੇ ਮਨ ਦਾ ਭੇਦ ਆ ਗਿਆ ਪਤਾ ਲੱਗ ਗਿਆ ਮਨ ਦੇ ਆ ਰਸ ਰੱਬ ਨਾਲ ਜੋੜਦੇ ਨੇ ਆ ਰਸ ਰੱਬ ਤੋਂ ਤੋੜਦੇ ਨੇ ਜਦ ਮਨ ਨੂੰ ਸਮਝਿਆ ਫਿਰ ਪਤਾ ਲੱਗਿਆ ਮਤ ਕੋਈ ਮਨ ਮਿਲਤਾ ਬਿਲ ਮਾਵੇ ਜਦੋਂ ਇਹ ਮਨ ਗੁਣਾ ਵਾਲੇ ਪਾਸੇ ਜਾਂਦਾ ਹੈ ਰੱਬੀ ਰਸ ਵਾਲੇ ਪਾਸੇ ਜਾਂਦਾ ਹੈ ਰੱਬ ਦੇ ਮਿਸ਼ਨ ਤੇ ਪਰਪਕਾਰ ਲਈ ਸੋਚਦਾ ਹੈ ਸੇਵਾ ਵਾਸਤੇ ਮਨ ਸੋਚਦਾ ਹੈ ਜਦੋਂ ਮਨ ਵਿੱਚ ਵਿਚਾਰ ਹੁੰਦਾ ਮੈਂ ਅਰਥਾਸਮੇਸਹਜ ਪਾਠ ਕਰਾਂ ਮਨ ਵਿੱਚ ਵਿਚਾਰ ਹੁੰਦਾ ਗੁਰੂ ਦੇ ਵਿਰਸੇ ਨੂੰ ਪੜਾਂ ਮਤ ਕੋਈ ਮਨ ਮਿਲਤਾ ਬਿਲਮਾਵੇ ਉਹ ਦੇਰੀ ਨਾ ਲਾਵੇ ਬਿਲਮਾਵੇ ਜਦੋਂ ਮਨ ਨੂੰ ਮਿਲ ਰਿਹਾ ਮਤਾ ਕਿਤੇ ਦੇਰੀ ਨਾ ਕਰੀ ਮਨ ਦਾ ਪਲ ਦਾ ਭਰੋਸਾ ਨਹੀਂ ਇਸ ਵੇਲੇ ਜਜ਼ਬਾ ਹੈ ਜੇ ਤੂੰ ਦੇਰੀ ਕਰ ਲਈ ਬਾਅਦ ਵਿੱਚ ਪਤਾ ਨਹੀਂ ਜਜ਼ਬਾ ਬਣੇ ਜਾਂ ਨਾ ਬਣੇ ਇਸ ਲਈ ਸੇਵਕ ਕਉ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਮਨ ਵਿੱਚ ਫੁਰਨਾ ਹੋਵੇ ਚੰਗਾ ਫੁਰਨਾ ਤੁਰੰਤ ਉਸ ਨੂੰ ਇੰਪਲੀਮੈਂਟ ਕਰਨਾ ਚਾਹੀਦਾ ਹੈ ਤੁਰੰਤ ਉਸ ਫੁਰਨੇ ਨੂੰ ਆਪਣੇ ਜੀਵਨ ਵਿੱਚ ਅਪਲਾਈ ਕਰਕੇ ਚੰਗੇ ਕੰਮ ਲਈ ਤੁਰਨਾ ਚਾਹੀਦਾ ਹੈ ਦੇਰੀ ਨਹੀਂ ਕਰਨੀ ਚਾਹੀਦੀ ਸਕ੍ਰਿਤੀ ਸ਼ਲੋਕਾਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬਚਨ ਨੇ ਬਲੰਬ ਪਾਪੰ ਨਹਿ ਬਲੰਬ ਧਰਮ ਇਤੇ ਬਲਮਾਵਾ ਸ਼ਬਦ ਦਾ ਦੇਰੀ ਉਤੇ ਬਲੰਬ ਬੁਰੇ ਕਰਮਾਂ ਵਾਸਤੇ ਦੇਰੀ ਕਰਨੀ ਚਾਹੀਦੀ ਹੈ ਸੋਚਣਾ ਚਾਹੀਦਾ ਹੈ ਕਿ ਮਨ ਮੁੜ ਸਕਦਾ ਉਦੋਂ ਬਲੰਬ ਨਹਿ ਬਲੰਬ ਧਰਮ ਚੰਗੇ ਕੰਮ ਕਰਨ ਵਾਸਤੇ ਕਦੀ ਦੇਰੀ ਨਹੀਂ ਕਰਨੀ ਚਾਹੀਦੀ ਪਤਾ ਨਹੀਂ ਮਨ ਅੱਜ ਇਸ ਪਾਸੇ ਟੁਰ ਰਿਹਾ ਫਿਰ ਕਿਤੇ ਢੇਰੀ ਨਾ ਟਾ ਜਾਏ ਕਈ ਵਾਰੀ ਬੱਚਾ ਅੰਮ੍ਰਿਤ ਛਕਣਾ ਚਾਹੁੰਦਾ ਮਾਪੇ ਕਹਿੰਦੇ ਹਲੇ ਟਾਈਮ ਨਹੀਂ ਹਲੇ ਤੇਰੀ ਉਮਰ ਛੋਟੀ ਹੈ ਕਿਉਂ ਦੇਰੀ ਕਰ ਰਹੇ ਓ ਮੜ ਕੇ ਕੀ ਪਤਾ ਮੰਨੇ ਕਿ ਨਾ ਮੰਨੇ ਮਗਨ ਭਿਆ ਤੇ ਸੋ ਸੱਚ ਪਾਵੈ ਇਹ ਮਨ ਤੁਰੇਗਾ ਭਿੱਜੇਗਾ ਇਹਨੂੰ ਚੰਗਾ ਲੱਗੇਗਾ ਆਪਣੇ ਮ੍ਰਾਸ ਵਿੱਚ ਪਤੀਜੇਗਾ ਸਾਦੀ ਤੇ ਉਸ ਸੱਚ ਪ੍ਰਭੂ ਦੀ ਸਮਝ ਆਏਗੀ ਸਾਦੀ ਤੇ ਉਹਦੇ ਨਿਜ਼ਮ ਨੂੰ ਜਾਣੇਗਾ ਤੇਰੀ ਤੇ ਉਹਦੇ ਗੁਣਾਂ ਨੂੰ ਸਮਝੇਗਾ ਜ਼ਿੰਦਗੀ ਜਿਊਏਗਾ ਮਨ ਮਨਸਿਓ ਕਾਜ ਹੈ ਮਨ ਸਾਦੇ ਸਿਧ ਹੋਏ। ਭਤ ਕਬੀਰ ਜੀ ਕਹਿੰਦੇ ਇਸ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਵਾਹ ਮਨ ਨਾਲ ਪੈਂਦਾ। ਕਿਉਂਕਿ ਮਨ ਕਾਰਜ ਕਰੇਗਾ ਤਾਦੀ ਤੇ ਫਿਜ਼ੀਕਲੀ ਕਾਰਜ ਹੋਣਗੇ। ਜੇ ਮਨ ਨੂੰ ਮੈਨੇਜ ਹੋਏਗਾ ਤਾਦੀ ਸਫਲਤਾ ਹੋਏਗੀ। ਸਾਰੀ ਖੇਡ ਮਨ ਤੇ ਖੜੀ ਐ ਜੋ ਕੀ ਆ ਸੋ ਮਨ ਕੀ ਆ। ਮਨ ਨੇ ਕਰਨਾ ਸਭ ਕੁਝ। ਮਨ ਹੀ ਮਨਸਿਓ ਕਹ ਹੈ ਕਬੀਰਾ। ਮਨ ਸਾ ਮਿਲਿਆ ਨਾ ਕੋਈ। ਕੈਨ ਲਗੇ ਮੈਂ ਮਾਨਨ ਨੂੰ ਹੀ ਮੈਨੇਜ ਕਰਨ ਵਾਸਤੇ ਮਨ ਨੂੰ ਸਲਾਹ ਦਿੰਨਾ ਤੇ ਮਨ ਦੀ ਹੀ ਸਲਾਹ ਮਤਮੰਦੀ ਹੈ ਸਾਰਾ ਜੀਵਨ ਹੀ ਮਨ ਦੀ ਸਲਾਹ ਮੰਨਦਾ ਤੇ ਜ਼ਿੰਦਗੀ ਵਿੱਚ ਕਹਿੰਦੇ ਮਨ ਦੇ ਨਾਲ ਹੀ ਵਾਪੈਂਦਾ ਤੇ ਐਸਾ ਕੋਈ ਵੀ ਨਹੀਂ ਜਿਹੜਾ ਹਰ ਵੇਲੇ ਸਾਥ ਦੇਵੇ ਉਹ ਮਾਨੀ ਹੈ ਜਿਹੜਾ ਸਾਥ ਦਿੰਦਾ ਹਰ ਵੇਲੇ ਇਸੇ ਨਾਲ ਹੀ ਵਾਪੈਂਦਾ ਇਹ ਜਿਹੜਾ ਮਨ ਹੈ ਨਾ ਜਦੋਂ ਇਹਨੂੰ ਪਰਚੋਲਿਆ ਪਤਾ ਲੱਗਦਾ ਇਹ ਮਨ ਸ਼ਕਤੀ ਇਹ ਮਨ ਸੀਓ ਜਿਹੜਾ ਮਨ ਹੈ ਨਾ ਜਦੋਂ ਮਾਇਆ ਦੀਆਂ ਗੱਲਾਂ ਕਰਦਾ ਹੈ ਇਹਦਾ ਚੁਗਲੀ ਦੇ ਰਸਾਂ ਦੀਆਂ ਗੱਲਾਂ ਕਰਦਾ ਹੈ ਲੋਭ ਲਾਲਚ ਦੀਆਂ ਗੱਲਾਂ ਕਰਦਾ ਤੇ ਮਨ ਉਹ ਜੈ ਰੂਪ ਹੋ ਜਾਂਦਾ ਹੈ ਉਸੇ ਰਸ ਵਿੱਚ ਗਲਤਾਨ ਹੋ ਜਾਂਦਾ ਹੈ ਇਹ ਮਨ ਸੀ ਉਹ ਜੇ ਰੱਬ ਦੀਆਂ ਗੱਲਾਂ ਕਰੇ ਤਾਂ ਉਸ ਰਸ ਨੂੰ ਮਨਨ ਲੱਗ ਜਾਂਦਾ ਹੈ ਮਨ ਜਿਸ ਪਾਸੇ ਲਾ ਲੂਗੇ ਨਾ ਉਸ ਪਾਸੇ ਦੀਆਂ ਆਦਤਾਂ ਉਸ ਪਾਸੇ ਦਾ ਸੁਭਾਅ ਬਣ ਜਾਏਗਾ ਇਸ ਲਈ ਮਨ ਨੂੰ ਮੈਨੇਜ ਕਰਨਾ ਹੈ ਇਮਾਨਾ ਮਾਇਆ ਵਾਲੇ ਪਾਸੇ ਲਾਇਆ ਤਾਂ ਸ਼ਕਤੀ ਰੂਪ ਬਣ ਗਿਆ ਮਾਇਆ ਦਾ ਰੂਪ ਬਣ ਗਿਆ ਜੀਓ ਸ਼ਿਵ ਸ਼ਿਵ ਗੁਰਗ੍ਰੰਥ ਸਾਹਿਬ ਅੰਦਰ ਬਹੁਤ ਸਾਰੇ ਥਾਵਾਂ ਤੇ ਰੱਬ ਪ੍ਰਤੀ ਵਰਤਿਆ ਜਦੋਂ ਰੱਬ ਵਾਲੇ ਪਾਸੇ ਲਾਇਆ ਤਾਂ ਉਹੀ ਰੂਪ ਹੋ ਗਿਆ ਇਹ ਮਨ ਪੰਜ ਤੱਤ ਕੋ ਜੀਓ ਜਿਸ ਪੰਜ ਤੱਤ ਪੰਜ ਤੱਤਾਂ ਦਾ ਜਿਹੜਾ ਸਰੀਰ ਹੈ ਜਿਹਦੇ ਪੰਜ ਤੱਤਾਂ ਦੇ ਸਰੀਰ ਨੂੰ ਸਰੀਰਕ ਸਵਾਦਾਂ ਨੂੰ ਸਰੀਰਕ ਰਸਾਂ ਨੂੰ ਹੀ ਸਭ ਕੁਝ ਸਮਝਦਾ ਹੈ ਇਮਾਨਾ ਉਹ ਸੇ ਦੇ ਰੂਪ ਹੋ ਜਾਂਦਾ ਆਪਣੇ ਆਪ ਨੂੰ ਸਰੀਰ ਹੀ ਮੰਨਣ ਲੱਗ ਜਾਂਦਾ ਹੈ ਇਹਨੂੰ ਲੱਗਦਾ ਹੈ ਰਸ ਮੰਨਣੀ ਜ਼ਿੰਦਗੀ ਹੈ ਉਹਨੂੰ ਮੰਨ ਲੱਗਦਾ ਵੀ ਐਂਟਰਟੇਨਮੈਂਟ ਕਰਨੀ ਹੋਈ ਜ਼ਿੰਦਗੀ ਹੈ ਕਿਉਂਕਿ ਐਂਟਰਟੇਨਮੈਂਟ ਨੂੰ ਸਭ ਕੁਝ ਮੰਨ ਲਿਆ ਇਹ ਮੰਨ ਲੈ ਜੋ ਉਹਨ ਮੰਨ ਰਿਹਾ ਜੇ ਇਹ ਮਨ ਰੱਬੀ ਪਿਆਰ ਵਿੱਚ ਰੱਬ ਦੀ ਪੈ ਪਾਵਨੀ ਵਿੱਚ ਰੱਬ ਦੇ ਗੁਣਾ ਵਿੱਚ ਰੱਬੀ ਦੇ ਮਿਸ਼ਨ ਜੋ ਪਰਪਕਾਰ ਦਾ ਮਿਸ਼ਨ ਹੈ ਗੁਰੂ ਬਾਬੇ ਨੇ ਸਾਨੂੰ ਦਿੱਤਾ ਹੈ ਇਹਨੂੰ ਇਮਾਨ ਉਸ ਪਾਸੇ ਖੇਡਦਾ ਹੈ ਇਹਨੂੰ ਚੰਗਾ ਲੱਗਦਾ ਹੈ ਤੇ ਤੀਨ ਲੋਕ ਕੀ ਬਾਤਾਂ ਕਹ ਹੈ ਤੇਰੇ ਤੇ ਤੀਨ ਲੋਕ ਕੀ ਬਾਤਾਂ ਦਾ ਅਰਥ ਹੈ ਉਹ ਜੋ ਰੱਬ ਇਹਨਾਂ ਲੋਕਾਂ ਵਿੱਚ ਭਾਵੇਂ ਸਾਰੀ ਦੁਨੀਆ ਵਿੱਚ ਸਾਰੇ ਯੂਨੀਵਰਸ ਵਿੱਚ ਵੱਸਦਾ ਹੈ ਇਹਨੂੰ ਰੱਬ ਦੀਆਂ ਬਾਤਾਂ ਵਿਚਾਰਾਂ ਕਰਨੀਆਂ ਬੜੀਆਂ ਚੰਗੀਆਂ ਲੱਗਦੀਆਂ ਫਿਰ ਉਸ ਪਾਸੇ ਤੁਰਦਾ ਹੈ ਇਹಯ್ಯ ਜੋ ਜਾਣੈ ਤਉ ਦੁਰਮਤ ਹਨ ਸਾਰ ਵਸ ਕਾਇਆ ਗਾਉ ਇਹಯ್ಯ ਖਰ ਤੋ ਕਹਿ ਰਹੇ ਨੇ ਜੇ ਤੂੰ ਇਸ ਰਸਤੇ ਨੂੰ ਪਹਿਚਾਣਦਾ ਜੇ ਤੂੰ ਸਮਝਦਾ ਜੇ ਤੈਨੂੰ ਸੋਝੀ ਆ ਗਈ ਹੈ ਆਪਣੇ ਅੰਦਰੋਂ ਖੋਟੀ ਮਤ ਨੂੰ ਦੂਰ ਕਰ ਖਤਮ ਕਰ ਨਿੰਦਿਆ ਚੁਗਲੀ ਦੀਆਂ ਆਤਾਂ ਤੋਂ ਉੱਪਰ ਉੱਠ ਛੱਡ ਦੇ ਇਹਨੇ ਟਾਈਮ ਵੇਸਟੁੰਦਾ ਹੈ ਲੋਭ ਲਾਲਚ ਵਿੱਚ ਸਵਾਰਥ ਵਿੱਚ ਕੰਮ ਕਰਨੇ ਛੱਡ ਦੇ ਪਰਪਕਾਰ ਦੀ ਬਿਰਤੀ ਤਾਰਨ ਕਰ ਸਬਰ ਸੰਤੋਖ ਵਿੱਚ ਜਿਉਣਾ ਸਿੱਖ ਆਰ ਬਸ ਕਾਇਆ ਗਾਉ ਅ ਜਿਹੜਾ ਸਰੀਰ ਹੈ ਨਾ ਸਰੀਰ ਦਾ ਸੁਭਾਉ ਜਿਹੜਾ ਗਾਉ ਹੈ ਸਰੀਰ ਦਾ ਪਿੰਡ ਉਹ ਸੁਭਾਉ ਹੈ ਇਹਨੂੰ ਮੈਨੇਜ ਕਰ ਬਸ ਵਿਚ ਕਰ ਇਹਦੇ ਪਿੱਛੇ ਨਾ ਲੱਗ ਸੁਭਾਉ ਦੇ ਪਿੱਛੇ ਨਾ ਲੱਗੇ ਸੁਭਾਉ ਨੂੰ ਪਰਚੋਲ ਸੁਭਾਉ ਨੂੰ ਸੰਵਾਰ ਜਰਾਣ ਰੂਤੋਂ ਪਾਂਜਾ ਨਹੀਂ ਸੂਰੋ ਥਾਰੋ ਨਾਮ ਤੇਰਾ ਨਾਮ ਸੂਰਮਾ ਹੈ ਯਾਕੋ ਹਰ ਨੰਗ ਲਾਗੋ ਇਸ ਯੁੱਗ ਮੈਂ ਹੈ ਸੋ ਕਹੀ ਤਾ ਹਸੂਰਾ ਤੁਰਬੀ ਉਪਦੇਸ਼ ਦੇ ਮਾਰਗ ਤੇ ਤੁਰਨ ਵਾਲਾ ਹੈ ਤੋ ਗੁਰੂ ਕਾ ਗੁਰ ਸਿੱਖ ਹੈ ਆਪਣੇ ਅੰਦਰ ਸੰਘਰਸ਼ ਕਰ ਮਨ ਨੂੰ ਜਿੱਤਣ ਦਾ ਪੰਜਾ ਨਹੀਂ ਪੰਜ ਹੁੰਦਾ ਮਾਰ ਖਾਣੀ ਅੰਦਰੋਂ ਹਾਰ ਨਾ ਖਾ ਤੇਰੀਆਂ ਨਾ ਟਾ ਮੈਥੋਂ ਨਹੀਂ ਹੋਣਾ ਕਮਜ਼ੋਰ ਨਾ ਬਣ ਮਜ਼ਬੂਤ ਬਣ ਤੇਰਾ ਨਾਮ ਸੂਰਮਾ ਹੈ ਰਾਰਾ ਰਾਸ ਨਿਰਾਸ ਕਰ ਜਾਂਨੇ ਆ ਗੁਰਦਾਰਾ ਘਰ ਤੋਂ ਕਹਿੰਦੇ ਨੇ ਜਿਹੜੇ ਦੁਨਿਆਵੀ ਰਸ ਨੇ ਨਾ ਜਦੋਂ ਉਹਨਾਂ ਤੋਂ ਮਨ ਨੂੰ ਨਿਰਾਸ਼ ਕਰ ਲਿਆ ਜਦੋਂ ਰਸ ਚੰਗੇ ਨਹੀਂ ਲੱਗੇ ਗੁਰੂ ਦੇ ਰਸ ਚੰਗੇ ਲੱਗਣ ਲੱਗ ਪਏ ਸੱਚ ਹੀ ਹੈ ਜਦੋਂ ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਮਨ ਨੂੰ ਜ਼ਿੰਦਗੀ ਵਿੱਚ ਜਿਉਣਾ ਚੰਗਾ ਲੱਗਣ ਲੱਗ ਪਿਆ ਨਾ ਆ ਫਿਰ ਦੁਨਿਆਵੀ ਰਸ ਚੰਗੇ ਨਹੀਂ ਲੱਗਦੇ ਇਸੇ ਨਾਲ ਹੀ ਜਾਣੇ ਆ ਫਿਰ ਰੱਬ ਦੇ ਨਾਲ ਸਾਝ ਪੈਂਦੀ ਹੈ ਰੱਬੀ ਗੁਣਾ ਨਾਲ ਸਾਝ ਪੈਂਦੀ ਹੈ ਭਾਵੇਂ ਜ਼ਿੰਦਗੀ 'ਚ ਜਿਉਂਦਾ ਐਸੋ ਰੱਬੀ ਉਪਦੇਸ਼ ਨਾਲ ਸਾਂਝ ਪੈਂਦੀ ਏ ਰੱਬੀ ਉਪਦੇਸ਼ ਜ਼ਿੰਦਗੀ ਵਿੱਚ ਮਨਾਂ ਨੇ ਬਹੁਤ ਚੰਗੇ ਲੱਗਦੇ ਨੇ ਹੋਏ ਨਿਰਾਸ ਸੁਰਾਸ ਪਹਿਚਾਣਨੇ ਆ ਜਦੋਂ ਦੁਨਿਆਵੀ ਰਸਾਂ ਤੋਂ ਪਾਸੇ ਹਟਿਆਏ ਮਨ ਫਿਰ ਨੇ ਅਸਲੀ ਰਸ ਨੂੰ ਜਾਣ ਲਿਆ ਲੋਭ ਸੁਵਾਰਥ ਚ ਉਸ ਥਿਲਾਕੀਆਂ ਵਿੱਚ ਕੰਮ ਕਰਨ ਦਾ ਜਿਹੜਾ ਰਸ ਸੀ ਨਾ ਉਹ ਬੁਰਾ ਹੈ ਖੁੱਲ ਜਾਂਦਾ ਹੋ ਤਾਣੀ ਉਲਝਦੀ ਆ ਉਹਦੇ ਨਾਲ ਜ਼ਿੰਦਗੀ ਦੀ ਜਦੋਂ ਉਸ ਤੋਂ ਨਿਰਾਸ਼ ਹੋਇਆ ਦੂਜੇ ਪਾਸੇ ਹੋ ਗਿਆ ਨਿਰਾਸ਼ ਤਾਂ ਫਿਰ ਨੂੰ ਸਬਰ ਸੰਤੋਖ ਦਾ ਰਾਸ ਆ ਗਿਆ ਆਪਣੇ ਲਈ ਆਪਣੇ ਪਰਿਵਾਰ ਲਈ ਆਪਣੇ ਬੱਚਿਆਂ ਲਈ ਆਪਾਵਾਰ ਦੇਣਾ ਨਾ ਉਹਨਾਂ ਨੂੰ ਸੰਸਕਾਰ ਦੇਣ ਇਹਨਾਂ ਘਰ ਵਿੱਚ ਇਕਤਾ ਬਣਾਉਣੀ ਇੱਕ ਜ਼ਿੰਦਗੀ ਦਾ ਰਾਸ ਹੈ ਉਹਦੇ ਵਿੱਚ ਉਲਝਦਾ ਬੰਦਾ ਇੱਕ ਰਾਸ ਇਹ ਵੀ ਹੈ ਕਿ ਸਬਰ ਸੰਤੋਖ ਵਿੱਚ ਦੂਜਿਆਂ ਲਈ ਆਪਾਵਾਰ ਦੇਣਾ ਪਰਪਕਾਰ ਕਰਨਾ ਉਮ ਦੀ ਚੜ੍ਹਦੀ ਕਲਾ ਲਈ ਆਪਾਂ ਵਾਰਨਾ ਇਹ ਰਸ ਉਦੋਂ ਹੀ ਪਹਿਚਾਣਿਆ ਜਾਏਗਾ ਜਦੋਂ ਉਸ ਰਸ ਤੋਂ ਪਾਸੇ ਹਟੇਗਾ ਇਹ ਰਸ ਛਾੜੇ ਉਹ ਰਸ ਆਵੇ ਜਦੋਂ ਦੁਨਿਆਵੀ ਰਸ ਛੱਡੇਗਾ ਨਾ ਤੇਰੀ ਆਤਮਿਕ ਰਸ ਹੁੰਦਾ ਹੈ ਉਹ ਰਸ ਪੀਆ ਇਹ ਰਸ ਨਹੀਂ ਪਾਵਾ ਜਿਸ ਨੂੰ ਉਹ ਰਸ ਆ ਗਿਆ ਨਾ ਫਿਰ ਇਹ ਰਸ ਚੰਗਾ ਨਹੀਂ ਲੱਗਦਾ ਦੇਖੋ ਕੁਦਰਤ ਨੇ ਰੱਬ ਦੇ ਨਿਜ਼ਮ ਨੇ ਕੁਝ ਵਰਤਾਰੇ ਸਾਡੀ ਜ਼ਿੰਦਗੀ ਚ ਵਰਤਾਏ ਨੇ ਸਾਡੇ ਚ ਕੁਝ ਹੋਣਗੇ ਮਨੁੱਖ ਜਿਹੜੇ ਸਵੇਰੇ ਉੱਠ ਕੇ ਚਾਹ ਦੁੱਧ ਜਾਂ ਜੋ ਵੀ ਸ਼ੱਕਦੇ ਨੇ ਉਹਦੇ ਨਾਲ ਬਿਸਕਟ ਖਾਂਦੇ ਨੇ ਬੜੇ ਸਵਾਦ ਲੱਗਦੇ ਨੇ ਆਪਣੀ ਮਰਜ਼ੀ ਦਾ ਜਿਹੜਾ ਸਵਾਦ ਲੱਗਦਾ ਉਹ ਬਿਸਕਟ ਲੈ ਕੇ ਹੁੰਦਾ ਜਾਂ ਰਸ ਲੈ ਕੇ ਹੁੰਦਾ ਪਰ ਕਦੀ ਗੁਲਾਬ ਜਾਮਨ ਜਾਂ ਰਸਗੁਲਾ ਖਾ ਕੇ ਬਿਸਕਟ ਖਾ ਕੇ ਦੇਖੇ ਸਵਾਦ ਹੀ ਨਹੀਂ ਲੱਗੇਗਾ ਜ਼ਿੰਦਗੀ ਦੇ ਜਿਹੜੇ ਰਸ ਮਾਨਦੇ ਆ ਉਸ ਤੋਂ ਜਦੋਂ ਉੱਚਾ ਰਸ ਚੰਗਾ ਰਸ ਮਨ ਨੂੰ ਖਿੱਚ ਪਾਉਣ ਵਾਲਾ ਰਸ ਜਦੋਂ ਮਿਲ ਗਿਆ ਦੂਜੇ ਰਸ ਚੰਗੇ ਨਹੀਂ ਲੱਗਦੇ ਸਭ ਤੋਂ ਚੰਗਾ ਰਸ ਹੈ ਗੁਰੂ ਦੇ ਮਾਰਗ ਤੇ ਤੁਰਨਾ ਸਭ ਤੋਂ ਕਮਾਲ ਦਾ ਰਸ ਹੈ ਰੱਬੀ ਮਿਸ਼ਨ ਤੇ ਤੁਰਨਾ ਉਹਦੇ ਗੁਨਾਮ ਤੇ ਦੀਵੰਦ ਹੋਣਾ ਜਿਹਨੂੰ ਗੁਰਮਤ ਤੇ ਗੁਰਮਖ ਸੁਭਾਅ ਤੇ ਗੁਰਮਤ ਵਾਲੀ ਸੋਚ ਵਾਲਾ ਜੀਵਨ ਦਾ ਰਸ ਕਹਿੰਦੇ ਨੇ ਜਿਨੇ ਰਸ ਪੀ ਲਿਆ ਉਹਨੂੰ ਦੁਨੀਆ ਦੇ ਰਸ ਚੰਗੇ ਨਹੀਂ ਲੱਗਦੇ ਲੱਲਾ ਐਸੇ ਲਿਬ ਮਨ ਲਾਵੇ ਲੱਗਾ ਅਖਰ ਤੋਂ ਕਹਿ ਰਹੇ ਨੇ ਜਦੋਂ ਈਮਾਨ ਰੱਬ ਵਾਲੇ ਪਾਸੇ ਲੇਵਲ ਲੱਗਦੀ ਹੈ ਗੁਨਾ ਮੇ ਜਿਉਣਾ ਚੰਗਾ ਲੱਗਦਾ ਹੈ ਰੱਬੀ ਉਪਦੇਸ਼ ਜਿੰਦਗੀ ਜਿਉਣੇ ਚੰਗੇ ਲੱਗਦੇ ਨੇ ਹਰ ਬਕਾਰ ਦੇ ਮਿਸ਼ਨ ਤੇ ਜਿਉਣਾ ਚੰਗਾ ਲੱਗਦਾ ਹੈ ਅਨੰਤ ਨਾ ਜਾਏ ਪਰਮ ਸੱਚ ਪਾਵੇ ਫਿਰ ਇਹਨੂੰ ਅਸਲੀ ਸੱਚ ਮਿਲ ਗਿਆ ਤੇਰੇ ਮਨ ਦੂਸਰੇ ਪਾਸੇ ਨਹੀਂ ਜਾਂਦਾ ਇਹ ਦੂਸਰੇ ਪਾਸੇ ਭਟਕਦਾ ਹੀ ਉਹਦੋਂ ਜਦੋਂ ਇਸ ਸੱਚ ਦਾ ਰਾਸ ਨਹੀਂ ਆਇਆ ਹਰ ਜਿਉ ਤਹਾਂ ਪ੍ਰੇਮ ਲੇਵਲ ਆਵੇ ਅਤੇ ਜਦੋਂ ਇਹ ਇਸ ਪਾਸੇ ਪ੍ਰੇਮ ਲਾਉਂਦਾ ਹੈ ਲਿਵ ਲੱਗਦੀ ਹੈ ਗੁਰਬਾਣੀ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਗੁਰੂ ਦਾ ਵਿਰਸਾ ਚੰਗਾ ਲੱਗਦਾ ਹੈ ਤਉ ਅੱਲਾ ਲਹ ਲਹ ਚਰਨ ਸਮਾਵੇ ਅੱਲਾ ਅਲੱਬ ਜਿਹਨੂੰ ਲੱਭਣਾ ਔਖਾ ਹੈ ਐ ਸਾਡੇ ਅੰਦਰ ਸਮਝੀ ਨਹੀਂ ਲੱਗ ਰਹੀ ਮਹਿਸੂਸ ਹੀ ਨਹੀਂ ਹੋ ਰਿਹਾ ਉਹ ਸੱਚਾ ਗਿਆਨ ਬਣ ਕੇ ਹਰ ਵਰਤਾਰੇ ਵਿੱਚ ਹੈ ਸਾਨੂੰ ਵਰਤਾਰਿਆਂ ਚ ਲੱਭਣਾ ਹੀ ਨਹੀਂ ਆਉਂਦਾ ਉਹਦਾ ਨਿਜ਼ਮ ਚੱਲ ਰਿਹਾ ਸਾਨੂੰ ਦੇਖਣਾ ਨਹੀਂ ਆਉਂਦਾ ਪਰ ਜਦੋਂ ਉਹ ਅੱਲਾ ਅੱਲਾ ਹੈ ਜਦੋਂ ਲੱਭ ਗਿਆ ਹਹਾ ਗੁਰਬਾਣੀ ਦੀਆਂ ਸਿੱਖਿਆਵਾਂ ਮਨ ਨੂੰ ਜਿਉਂਿਆ ਅੰਦਰ ਅਨਪਪਤਾ ਜਾਗੀ ਹਰ ਵਰਤਾਰੇ ਵਿੱਚ ਰੱਬ ਸੱਚਾ ਗਿਆਨ ਬਣ ਕੇ ਕੁਝ ਸਿਖਾ ਰਿਹਾ ਹੈ ਉਹਦਾ ਨਿਜ਼ਮ ਚੱਲਦਾ ਹੈ ਜਦੋਂ ਸਮਝ ਆਉਣ ਲੱਗੀ ਫਿਰ ਉਹਦੇ ਗੁਣਾ ਰੂਪੀ ਚਰਨਾ ਵਿੱਚ ਮਨ ਸਮਾ ਜਾਂਦਾ ਹੈ ਰੱਬ ਦੇ ਗੁਣ ਰੱਬ ਦੇ ਚਰਨ ਨੇ ਰੱਬੀ ਉਪਦੇਸ਼ ਰੱਬ ਦੇ ਚਰਨ ਨੇ ਦੋਨੋਂ ਚੰਗੇ ਲੱਗਦੇ ਨੇ ਦੋਵੇਂ ਚੰਗੇ ਲੱਗਦੇ ਨੇ ਗੋਣੇ ਚੰਗੇ ਲੱਗਦੇ ਮਨ ਸਮਾ ਜਾਂਦਾ ਵਾ ਵਾਰ-ਵਾਰ ਬਿਸ਼ਨ ਸੰਮਾਰ ਇਤੇ ਬਿਸ਼ਨ ਦੇ ਅਰਥ ਰੱਬ ਹੈ ਭਾਵੇਂ ਅਖਰ ਤੋਂ ਕਹਿ ਰਹੇ ਨੇ ਮਨਾ ਹਰ ਵੇਲੇ ਉਹਦੀ ਮਿੱਠੀ-ਮਿੱਠੀ ਯਾਰ ਦੇ ਸਿਮਰਨ ਰਾਸ ਵਿੱਚ ਜਿਉ ਉਹਨੂੰ ਚੇਤਾ ਸ਼ਕਤੀ ਵਿੱਚ ਸੰਭਾਲ ਬਿਸ਼ਨ ਸੰਮਾਰਨਾ ਆਵੈ ਹਰ ਜੇ ਤੇਰੇ ਅੰਦਰ ਰੱਬ ਦੀ ਮਿੱਠੀ-ਮਿੱਠੀ ਯਾਦ ਹੋਏਗੀ ਨਾ ਇਹਨੂੰ ਸਿਮਰਨ ਰਾਸ ਕਹਿੰਦੇ ਉਹਦੀ ਭੈ ਭਾਵਨੀ ਵਿੱਚ ਫੈਸਲੇ ਲਏਗਾ ਤੇ ਜ਼ਿੰਦਗੀ ਦੀ ਬਾਜ਼ੀ ਹਾਰੇਗਾ ਨਹੀਂ ਬਲ ਬਲ ਜੇ ਬਿਸ਼ੰਤਨਾ ਜਸ ਗਾਵੈ ਬਿਸ਼ੰਤਨਾ ਅਖਰੀ ਅਰਥ ਮੰਦੇ বিষ্ণੂ ਦਾ ਪੁੱਤਰ ਇਥੇ ਅਰਥ ਹੈ ਪ੍ਰਭੂ ਦਾ ਪੁੱਤਰ ਪ੍ਰਭੂ ਦਾ ਪੁੱਤਰ ਹੈ ਜਿਹੜਾ ਰੱਬ ਦਾ ਚਾਕਰ ਬਣ ਗਿਆ ਰੱਬ ਦਾ ਸੇਵਕ ਬਣ ਗਿਆ ਅਸੀਂ ਸਾਰੇ ਪ੍ਰਭੂ ਦੇ ਪੁੱਤਰ ਹਾਂ ਤੇ ਚੰਗੇ ਪੁੱਤਰ ਬਣਨਾ ਹੈ ਰੱਬ ਦੀਆਂ ਧੀਆ ਚੰਗੇ ਧੀਆ ਬਣਨਾ ਉਹਦੀ ਨਿਸ਼ਾਨੀ ਆਪਣੇ ਪਿਤਾ ਤੋਂ ਕੁਰਬਾਨ ਜਾਂਦੇ ਨੇ بار بار ਕੁਰਬਾਨ ਜਾਂਦੇ ਆਪਣੇ ਪਿਤਾ ਪ੍ਰਭੂ ਦੀਆਂ ਬਾਤਾਂ ਨੂੰ ਆਪਣੀ ਡਿਸਕਸ਼ਨ ਵਿੱਚ ਵਿਚਾਰਦੇ ਨੇ ਰਸ ਮਾਨ ਕੇ ਉਹਦੇ ਗੁਣਾਂ ਦੀਆਂ ਗੱਲਾਂ ਕਰਦੇ ਨੇ ਲੋਕਾਂ ਵਿੱਚੋਂ ਗੁਣਾਂ ਨੂੰ ਦੇਖਦੇ ਨੇ ਗੁਣਾਂ ਦੀਆਂ ਵਿਚਾਰਾਂ ਕਰਦੇ ਨੇ ਰਬੀ ਨਿਜ਼ਮ ਨੂੰ ਸਮਝਦੇ ਨੇ ਰਬੀ ਨਿਜ਼ਮ ਦੀਆਂ ਵਿਚਾਰਾਂ ਕਰਦੇ ਨੇ ਬੇਸ਼ਨ ਮਿਲੇ ਸਭ ਹੀ ਸੱਚ ਪਾਵਾ ਪਾਵੇ ਕ੍ਰਿਸ਼ਨ ਮਿਲੇ ਸਭ ਹੀ ਸੱਚ ਪਾਵਾ ਜਦੋਂ ਪ੍ਰਭੂ ਦੀ ਸਮਝ ਆ ਗਈ ਉਹ ਮੇਰੇ ਅੰਦਰ ਹੈ ਅਰਥਾਤ ਇਹ ਜਦੋਂ ਹਰ ਵਰਤਾਰੇ ਵਿੱਚੋਂ ਸੱਚਾ ਗਿਆਨ ਬਣ ਕੇ ਰੱਬ ਮਹਿਸੂਸ ਹੋਣ ਲੱਗ ਪੇ ਹਰ ਵਰਤਾਰੇ ਵਿੱਚੋਂ ਸਿੱਖਣ ਦੀ ਇੱਛਾ ਆ ਗਈ ਸਭ ਤੋਂ ਜ਼ਰੂਰੀ ਹੈ ਸਿੱਖਣ ਦੀ ਇੱਛਾ ਜਦੋਂ ਹਰ ਇੱਕ ਵਿੱਚ ਗੁਣ ਦੇਖ ਕੇ ਉਹਦੇ ਗੁਣੀ ਨੇਧਾਨਦਿਆਂ ਚਲਕਾਂ ਦੇਖਣ ਲੱਗ ਪਈਆਂ ਇਹਨੂੰ ਕਹਿੰਦੇ ਨੇ ਮਿਸ਼ਨ ਮਿਲੇ ਰੰਭੂ ਮਿਲਪ ਹੋ ਗਿਆ ਅਭੀ ਸੱਚ ਪਾਵ ਹੈ ਫਿਰ ਸਭੀ ਦੇ ਅਰਥ ਹਰ ਥਾਂ ਤੇ ਸੱਚੇ ਸਰੂਪ ਰੱਬ ਨੂੰ ਹਜ਼ਰ ਨਾਜ਼ਰ ਮਹਿਸੂਸ ਕਰਦਾ ਗੁਰੂ ਕਾ ਗੁਰ ਸਿੱਖ। ਪ੍ਰਭੂ ਦਾ ਪੁੱਤਰ ਵਾ ਵਾ ਵਾਹੀ ਜਾਨੀਏ ਵਾ ਜਾਣੇ ਇਹ ਹੋਏ। ਵਾ ਵੇ ਅਖਰ ਤੋਂ ਕਹਿੰਦੇ ਨੇ। ਉਹਦੇ ਨਾਲ ਸਾਹ ਨਹੀਂ ਪਾਉਣੀ ਚਾਹੀਦੀ ਐ। ਜਿਸ ਦੇ ਨਾਲ ਸਾਹ ਜਪਾ ਕੇ ਇਹ ਮਨ ਮੈਨਸ ਹੁੰਦਾ ਏ ਜੀਵਨ ਸਫਲ ਹੁੰਦਾ ਏ। ਉਹਦੇ ਨਾਲ ਸਾਹ ਪਾਉਣੀ ਚਾਹੀਦੀ ਐ ਵਾ ਵਾ ਵਾਹੀ ਜਾਨੀਏ ਵਾ ਜਾਣੇ ਹੋਏ। ਇਹਦੇ ਨਾਲ ਇਹ ਜ਼ਿੰਦਗੀ ਦੀ ਇਸ ਮਾਰਗ ਦੀ ਸਮਝ ਲੱਗਦੀ ਹੈ ਇਹ ਅਰ ਉਹ ਜਦ ਮਿਲੈ ਤਬ ਮਿਲਤ ਨਾ ਜਾਣੈ ਕੋਈ ਜਦੈ ਮਨ ਰੱਬ ਨਾਲ ਇਕਮਿਕ ਹੁੰਦਾ ਹੈ ਆਬ ਹਰ ਵਰਤਾਰੇ ਵਿੱਚ ਰੱਬ ਨੂੰ ਸੱਚੇ ਗਿਆਨ ਦੇ ਰੂਪ ਵਿੱਚ ਇਹ ਮਨ ਅਨੁਭਵ ਕਰਦਾ ਹੈ ਜਦ ਮਨ ਇਕਮਿਕ ਹੋ ਜਾਂਦਾ ਫਿਰ ਸਾਰਿਆਂ ਵਿੱਚੋਂ ਗੁਣਾਂ ਨੂੰ ਅਨੁਭਵ ਕਰਦਾ ਹੈ ਹਰ ਵਰਤਾਰੇ ਵਿੱਚ ਰੱਬ ਦੇ ਨਿਜ਼ਮ ਨੂੰ ਅਨੁਭਵ ਕਰਦਾ ਹੈ ਇਹ ਜਿਹੜਾ ਮਿਲਣਾ ਹੈ ਨਾ ਇਹਨੂੰ ਦੁਨੀਆ ਨਹੀਂ ਜਾਣ ਸਕਦੀ ਕਿਉਂਕਿ ਜਿਹੜੀ ਚੀਜ਼ ਉਹਨਾਂ ਦੇ ਜ਼ਿੰਦਗੀ ਵਿੱਚ ਨਹੀਂ ਆਈ ਉਹਨੂੰ ਕਿਵੇਂ ਸਮਝਣਗੇ ਇਹ ਗੱਲਾਂ ਕਰੋ ਉਹਨਾਂ ਦੇ ਉੱਪਰ ਉੱਪਰ ਦੀ ਲੰਗਦੀਆਂ ਨੇ ਸੱਸਾ ਸੋ ਨੀਕਾ ਕਰ ਸੋਧ ਸੱਸਾ ਕਰ ਤੋਂ ਕਹਿੰਦੇ ਨੇ ਆਪਣੇ ਸੁਭਾਅ ਦੀ ਆਪਣੀ ਸੋਚ ਦੀ ਆਪਣੀਆਂ ਵਿਚਾਰਾਂ ਦੀ ਪਰਚਾਉਲ ਕਰ ਸੋਧ ਚੰਗੀ ਤਰ੍ਹਾਂ ਨੀਕਾ ਕਰ ਸੋਧ ਚੰਗੀ ਤਰ੍ਹਾਂ ਪਰਚੋਲ ਕਰ ਘਟ ਪਰਚਾ ਕੀ ਬਾਤ ਨਿਰੁਧ ਕਿ ਜਿਹੜਾ ਸਰੀਰ ਦੇ ਅੰਦਰ ਹੈ ਨਾ ਰੱਬ ਦੀ ਜੋਤ ਅੰਦਰ ਹੈ ਰੱਬ ਦੇ ਗੁਣ ਅੰਦਰ ਨੇ ਰੱਬ ਦੇ ਉਪਦੇਸ਼ ਵੀ ਅੰਦਰ ਨੇ ਜ਼ਮੀਰ ਦੀ ਆਵਾਜ਼ ਬਣ ਕੇ ਗੂੰਜਦੇ ਨੇ ਜਿੰਨਾ ਗੁਰਬਾਣੀ ਦੀਆਂ ਸਿੱਖਿਆਵਾਂ ਵਿੱਚੋਂ ਜ਼ਿੰਦਗੀ ਵਿੱਚ ਸਿੱਖਿਆਵਾਂ ਨੂੰ ਜਿਵਾਂਗੇ ਉਹਨੀਆਂ ਅੰਦਰ ਗੂੰਜਣਗੀਆਂ ਇਸ ਬਾਤ ਨੂੰ ਸਮਝੋ ਇਹਨਾਂ ਵਿਚਾਰਾਂ ਨੂੰ ਸਮਝੋ ਇਹਨਾਂ ਵਿਚਾਰਾਂ ਨੂੰ ਆਪਣੀ ਜ਼ਿੰਦਗੀ 'ਚ ਅਪਣਾਓ ਤੇ ਮਨ ਨੂੰ ਨਿਰਦੋ ਮੰਨ ਉਸ ਪਾਸੇ ਤੋਂ ਰੋਕੋ ਦੂਸਰੀਆਂ ਪਾਸੇ ਪਾਸਿਆਂ ਤੋਂ ਘਟ ਪਰ ਚਹਿ ਜਾਓ ਪੁਜਾ ਭਾਵ ਜਦੋਂ ਸਰੀਰ ਦੇ ਅੰਦਰ ਉਹ ਹਿਰਦੇ ਵਿੱਚ ਰੱਬ ਦਾ ਮਹਿਸੂਸ ਹੋਣਾ ਅੰਦਰ ਗੁਣਾ ਦਾ ਮਹਿਸੂਸ ਹੋਣਾ ਰਬੀ ਉਪਦੇਸ਼ ਵਿੱਚ ਮੰਨ ਦਾ ਪਰਚ ਜਾਣਾ ਅੰਦਰ ਇੱਕ ਰੱਬ ਦਾ ਪਿਆਰ ਪੈਦਾ ਹੁੰਦਾ ਹੈ ਪੁਜਾ ਭਾਵ ਪੂਰ ਰਹਾ ਤਰਪਮਣ ਰਾਵ ਫਿਰ ਹਰਥਾਂ ਤੇ ਰੱਬ ਹਾਜ਼ਰ ਨਾਜ਼ਰ ਦਿਖੇ ਇਹ ਦੁਕਾਨ ਵਿੱਚ ਮਾਨਕ ਬਰੌਂਦਾ ਨਹੀਂ ਇਹ ਰੱਬ ਨਾਲ ਹੈ ਗੁਰਸੇਵ ਨਾਲ ਨੇ ਦੁਨੀਆ ਦੇ ਲੋਕ ਕਹਿੰਦੇ ਨੇ ਸਫਲਤਾ ਵਾਸਤੇ ਸੈਲਫ ਕੰਫੀਡੈਂਸ ਤੇ ਵਿਲ ਪਾਵਰ ਹੋਣੀ ਚਾਹੀਦੀ ਹੈ ਵਿਲ ਪਾਵਰ ਤਾਂ ਦੀ ਹੋਏਗੀ ਜੇ ਅੰਦਰ ਰੱਬ ਨੂੰ ਮਹਿਸੂਸ ਕਰੇਗਾ ਰੱਬ ਦੇ ਨਿਜ਼ਮ ਨੂੰ ਸਮਝੇਗਾ ਉਹਦੇ ਵਰਤਾਰਿਆਂ ਵਿੱਚ ਉਹਨੂੰ ਸੱਚੇ ਗਿਆਨ ਦੇ ਰੂਪ ਵਿੱਚ ਦੇਖੇਗਾ ਇਹ ਕੰਫੀਡੈਂਸ ਤਾਂ ਹੀ ਹੋਏਗਾ ਜੇ ਤੂੰ ਆਪਣੇ ਮਨ ਨੂੰ ਪਰਚੋਲ ਕੇ ਜੂਝ ਨਾ ਸਕੇਂਗਾ ਗੇ ਊਰ ਰਹਾ ਤਤਰ ਭਵਨ ਰਾਹ ਫਿਰ ਉਹ ਹਰ ਥਾਂ ਤੇ ਆਜਾ ਨਾਜਰ ਦਿਖਾਈ ਦਿੰਦੇ ਨੇ ਅੱਖਾ ਖੋਜ ਪਰ ਜੋ ਕੋਈ ਅੱਖਾ ਅਖਰ ਤੋਂ ਕਹਿੰਦੇ ਨੇ ਕੋਈ ਪਹਿਲਾਂ ਆਪਣੇ ਆਪ ਨੂੰ ਪਰਚੋਲੇ ਖੋਜੇ ਆਪਣੇ ਸੁਭਾਅ ਨੂੰ ਆਪਣੀ ਆਰਤਨ ਆਪਣੀ ਸੋਚ ਨੂੰ ਜਿਹੜਾ ਹਿੱਸਾ ਗੁਰੂ ਦੇ ਸਿੱਖਿਆਮੰਦ ਦੇ ਉਲਟ ਹੈ ਉਸ ਨੂੰ ਜ਼ਿੰਦਗੀ ਚੋਂ ਕੱਢ ਦੇਵੇ ਜੋ ਖੋਜਿਆ ਸੋ ਬਹਰ ਨਾ ਹੋਈ ਜੋ ਇਸ ਨੂੰ ਪਰਚੋਲਦਾ ਹੈ ਨਾ ਆਪਣੇ ਜੀਵਨ ਨੂੰ ਬਹੁਲ ਨਾ ਹੋਈ ਉਹ ਫਿਰ ਜਨਮ ਮਰਨ ਵਿੱਚ ਨਹੀਂ ਪੈਂਦਾ ਉਹਦੇ ਗੁਣ ਮਰਦੇ ਨਹੀਂ ਗੁਣਾ ਨੂੰ ਸੰਭਾਲਦਾ ਉਹ ਭੋਗਣਾ ਨੂੰ ਨਹੀਂ ਅੰਦਰ ਪੈਦਾ ਹੋਣ ਦਿੰਦਾ ਉਹ ਜੋ ਬੂਝ ਜਿਉ ਉਹ ਜੋ ਬੂਝ ਜੋ ਕਰ ਵਿਚਾਰਾ ਜੋ ਆਪਣੇ ਆਪ ਨੂੰ ਪਰਚੋਲਦਾ ਹੈ ਅੰਦਰ ਗੁਣਾ ਨੂੰ ਖੋਜਦਾ ਹੈ ਅੰਦਰ ਅਪਦੀ ਹੋਂਦ ਨੂੰ ਖੋਜਦਾ ਹੈ ਜਿਹਦੀ ਵਿਚਾਰ ਕਰਦਾ ਹੈ ਦਿਸਕਸ ਕਰਦਾ ਹੈ ਮੰਨਦਾ ਹੈ ਰੱਬੀ ਉਪਦੇਸ਼ਾਂ ਨੂੰ ਉਹ ਭਵਜਲ ਤਰਤਨ ਲਾਵਾ ਵਾਰਾ ਜਿਹੜਾ ਸੰਸਾਰ ਦੇ ਅੰਦਰ ਜਿਹੜੇ ਸਾਡੇ ਅੰਦਰ ਵਿਚਾਰ ਸੋਚਾਂ ਦਾ ਸਮੁੰਦਰ ਚੱਲਦਾ ਹੈ ਨਾ ਬੁਰੀਆਂ ਆਤਾਨੀਆਂ ਲਹਿਰਾਂ ਨੇ ਇਹਦੇ ਚ ਡੁੱਬਦਾ ਨਹੀਂ ਉਹ ਆਪਣੇ ਜੀਵਨ ਨੂੰ ਮੈਨੇਜ ਕਰ ਲੈਂਦਾ ਹੈ ਦੇਰੀ ਨਹੀਂ ਲੱਗਦੀ ਨਾ ਲਾਵਾ ਵਾਰਾ ਉਹ ਤੁਰੰਤ ਆਪਣੇ ਮਨ ਵਿੱਚ ਉੱਠੇ ਹੋਏ ਵਿਚਾਰ ਨੂੰ ਰੋਕ ਲੈਂਦਾ ਹੈ ਆਪਾਂ ਦੇਖਦੇ ਗੁੱਸਾ ਮਨਮੁਖ ਨੂੰ ਵੀ ਆਉਂਦਾ ਹੈ ਗੁੱਸਾ ਗੁਰਮੁਖ ਨੂੰ ਵੀ ਆਉਂਦਾ ਹੈ ਮਨਮੁਖ ਨੂੰ ਗੁੱਸਾ ਆਉਂਦਾ ਨੂੰ ਫਰਕ ਕੋਈ ਨਹੀਂ ਪੈਂਦਾ ਗੁਰਮੁਖ ਨੂੰ ਗੁੱਸਾ ਆਉਂਦਾ ਪਛਤਾਉਂਦਾ ਬਾਅਦ ਵਿੱਚ ਆਪਣੇ ਮਨ ਨੂੰ ਮੈਨੇਜ ਕਰਦਾ ਹੈ ਦੁਬਾਰਾ ਨਹੀਂ ਹੋਣ ਦਿੰਦਾ ਸੱਸਾ ਸੋ ਸਹ ਸੇਜ ਸੁਵਾਰਾ ਸੱਸਾ ਕਰ ਤੋਂ ਕਹ ਰਹੇ ਨੇ ਐਸਾ ਗੁਰਸਿੱਖ ਐਸਾ ਰਬ ਦਾ ਭਗਤ ਆਪਣੇ ਹਿਰਦੇ ਦੀ ਸੇਜ ਨੂੰ ਸੰਵਾਰਦਾ ਹੈ ਅੰਦਰ ਚੰਗੇ ਵਿਚਾਰ ਰੱਖਣੇ ਬੁਰੇ ਵਿਚਾਰਾਂ ਨੂੰ ਕੱਢਣਾ ਹਮੇਸ਼ਾ ਚੰਗੀਆਂ ਵਿਚਾਰਾਂ ਕਰਨੀਆਂ ਹਮੇਸ਼ਾ ਉੱਚੀ ਸੋਚ ਰੱਖਣੀ ਨੀਮੀ ਸੋਚ ਸੁਗੜੀ ਹੋਈ ਸੋਚ ਨੂੰ ਪਾਸੇ ਕੱਢਣਾ ਉਹ ਸੁਗੜੀ ਹੋਈ ਸੋਚ ਵਿੱਚੋਂ ਨਹੀਂ ਸੋਚਦੇ ਵੱਡੀ ਸੋਚ ਵਿੱਚੋਂ ਸੋਚਦੇ ਹਮੇਸ਼ਾ ਵੱਡਾ ਰੱਖਣਾ ਜਦੋਂ ਇਸ ਤਰ੍ਹਾਂ ਆਪਣੇ ਅੰਦਰ ਵਿਚਾਰਾਂ ਸੋਚਾਂ ਦੀ ਸੇਜ ਨੂੰ ਭਾਵਨਾਵਾਂ ਦੀ ਸੇਜ ਨੂੰ ਸਵਾਰਦੇ ਨੇ ਭਾਵ ਚੰਗੀ ਭਾਵਨਾ ਸ਼ੁੱਧ ਨੀਅਤ ਸ਼ੁੱਧ ਨਿਸ਼ਾਨੇ ਸ਼ੁੱਧ ਵਿਚਾਰ ਸ਼ੁੱਧ ਸੋਚ ਅੰਦਰ ਪੈਦਾ ਕਰਦੇ ਨੇ ਨਾ ਉਹੀ ਸਹੀ ਸੰਦੇਹ ਨਿਵਾਰਾ ਹੈ ਉਹ ਹੀ ਆਪਣੇ ਅੰਦਰੋਂ ਆ ਦੁਨਿਆਵੀ ਸੰਸੇ ਫਿਕਰ ਚਿੰਤਾ ਦੂਰ ਕਰ ਲੈਂਦੇ ਨੇ ਉਹ ਇਸ ਗੱਲ ਦਾ ਫਿਕਰ ਨਹੀਂ ਕਰਦੇ ਕਿ ਸਮਾਜ ਵਿੱਚ ਮੇਰਾ ਪ੍ਰਭਾਵ ਪੈਂਦਾ ਕਿ ਨਹੀਂ ਪੈਂਦਾ ਉਹ ਇਸ ਗੱਲ ਦਾ ਫਿਕਰ ਕਰਦੇ ਨੇ ਸਮਾਜ ਦੇ ਵਿੱਚ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਬਚਾਇਆ ਜਾਵੇ ਉਹ ਇਸ ਗੱਲ ਦਾ ਫਿਕਰ ਨਹੀਂ ਕਰਦੇ ਕਿ ਮੈਨੂੰ ਪੈਸਾ ਪ੍ਰਾਪਰਟੀ ਵੱਧ ਕਿਵੇਂ ਮਿਲੇ ਕਿਸ ਗੱਲ ਦਾ ਫਿਕਰ ਕਰਦੇ ਨੇ ਅਸੀਸਾਂ ਕੱਟਣੀਆਂ ਨੇ ਆਪਾਂ ਵਾਰਨਾਂ ਦੂਜਿਆਂ ਲਈ ਜਾਉਣਾ ਹੈ ਸੰਦੇ ਨਿਵਾਰ ਲੈਂਦੇ ਨੇ ਅਲਪ ਸੁਖ ਛਾਣ ਪਰਮ ਸੁਖ ਪਾਵਾਂ ਆ ਛੋਟੇ ਛੋਟੇ ਸੁਖ ਛੱਡ ਕੇ ਹੀ ਉਹ ਆਤਮਿਕ ਸੁਖ ਸੰਤੁਸ਼ਟੀ ਸਬਰ ਸ਼ੁਕਰਾਨੇ ਵਾਲਾ ਪ੍ਰਾਪਤ ਹੁੰਦਾ ਹੈ ਜਦੋਂ ਇਹ ਪ੍ਰਾਪਤ ਹੋ ਜਾਂਦਾ ਨਾ ਇਸ ਸੁਖ ਇਹ ਰਾਸ ਇਹ ਮਿਸ਼ਨ ਜ਼ਿੰਦਗੀ ਵਿੱਚ ਸਮੋਹ ਜਾਂਦਾ ਜਦੋਂ ਆਵੇ ਹਿਤਰੀ ਉਹ ਕੰਤ ਕਹਾਵਾ ਇਹ ਜਿਹੜੀ ਮਾਤ ਹੈ ਨਾ ਇਹ ਪਤਨੀ ਕਹੋਂਦੀ ਹੈ ਸੁਰਤ ਪਤਨੀ ਕਹੋਂਦੀ ਹੈ ਤੇ ਜੋ ਰੱਬ ਸੱਚਾ ਗਿਆਨ ਬਣ ਕੇ ਸ਼ਬਦ ਰੂਪ ਵਿੱਚ ਉਪਦੇਸ਼ ਰੂਪ ਦੇ ਵਿੱਚ ਗੁਰ ਸਰੂਪ ਹੈ ਜੋ ਗੁਰੂ ਸਾਹਿਬ ਦਾ ਉਪਤੀ ਹੈ ਕੋਆ ਹਾ ਹਾ ਹੋਤ ਹੋਏ ਨਹੀਂ ਜਾਣ ਜਬੀ ਹੋਏ ਤਵੇ ਮਨ ਮਾਨ ਹਾ ਕਰ ਤੋ ਕਹਿ ਰਹੇ ਨੇ ਜਿਨ੍ਹਾਂ ਚਿਰ ਇਹਦੀ ਉਸ ਨਾਲ ਸਾਂਝ ਨਹੀਂ ਬਣਦੀ ਨੂੰ ਪਤਾ ਹੀ ਨਹੀਂ ਲੱਗਦਾ ਅਸਲੀ ਮਾਰਗ ਦਾ ਨਾ ਰੱਬੀ ਗੁਣਾਂ ਦਾ ਨਾ ਰੱਬੀ ਉਪਦੇਸ਼ ਦਾ ਨਾ ਰੱਬ ਦੀ ਹੋਂਦ ਦਾ ਨਾ ਰੱਬ ਦੀ ਬਖਸ਼ਿਸ਼ ਦਾ ਜਦੋਂ ਇਹਨੂੰ ਸਮਝ ਲੱਗਦੀ ਹੈ ਤੇਰੇ ਮਨ ਮੰਨ ਜਾਂਦਾ ਮਨ ਨੂੰ ਬਹੁਤ ਚੰਗਾ ਲੱਗਦਾ ਹੈ ਤੋ ਸਹੀ ਲਖਾ ਜੋ ਕੋਈ ਕਹਤਾ ਉਹ ਅੰਦਰ ਹੀ ਸਰਬਤਰਾਰੇ ਵਿੱਚ ਗਿਆਨ ਮਰ ਗਿਆ ਅਗਰ ਕੋਈ ਉਸ ਨੂੰ ਸਮਝ ਲਵੇ ਜਾਣ ਲਵੇ ਪਹਿਚਾਨ ਲਵੇ ਅਬ ਉਹੀ ਉਹ ਇਹ ਨਾ ਹੋਈ ਫਿਰ ਉਹੀ ਅਜ਼ਰ ਨਾਜ਼ਰ ਮਹਿਸੂਸ ਹੁੰਦੇ ਨੇ ਆ ਜਿਹੜਾ ਮਾਨੇਦਰ ਅਦਰ ਪਟਕਦਾ ਫਿਰ ਇਹ ਨਹੀਂ ਰਹਿੰਦਾ ਲਿਆਉਣੇ ਕਰਤ ਕਰ ਫਿਰ ਆ ਸਭ ਲੋਗ ساری ਦੁਨੀਆ ਆ ਵੀ ਲੈ ਲਮਾ ਵੀ ਲੈ ਲਮਾ ਆ ਵੀ ਲੈ ਲਮਾ ਜਾਨੀ ਸਵਾਰਥ ਲੋਭ ਲਾਲਚ ਵਿੱਚ ساری ਜ਼ਿੰਦਗੀ ਲਾਨਦੇ ਨੇ ਉਸ ਤਿਲਾਕੀਆਂ ਚਾਪਲੂਸੀਆਂ ਚਤਰਾਣੀਆਂ ਬੂਠ ਠੱਗੀ ਇਸ ਪਾਸੇ ਤੁਰੇ ਹੋਏ ਨੇ ਤਾਂ ਕਾਰਨ ਵੀ ਆਪਾਂ ਬਹੁ ਸੋਗ ਇਸੇ ਕਾਰਨ ਕਹਿੰਦੇ ਨੇ ਚਿੰਤਾਵਾਂ ਅੰਦਰ ਜਨਮ ਲੈਂਦੀਆਂ ਨੇ ਜਿੰਨਾ ਮਨੁੱਖ ਦੇ ਅੰਦਰ ਲੋਭ ਹੋਏਗਾ ਸਵਾਰਥ ਛੁਪਿਆ ਹੋਏਗਾ ਜਿੰਨਾ ਚੁਸ ਚਲਾਕੀਆਂ ਵਰਤੇਗਾ ਜਿੰਨਾ ਚਾਪਲੂਸੀਆਂ ਕਰਕੇ ਆਪਣਾ ਕੰਮ ਕਰੇਗਾ ਉਹਨਾਂ ਆਪਣੀ ਜ਼ਿੰਦਗੀ ਵਿੱਚ ਆਪਣੇ ਘਰ ਵਿੱਚ ਆਪਣੇ ਬੱਚਿਆਂ ਪ੍ਰਤੀ ਚਿੰਤਾਵਾਂ ਸੇੜ ਲਏਗਾ ਇਹਦੇ ਵਿੱਚੋਂ ਸੋਗ ਚਿੰਤਾ ਜਨਮ ਲੈਂਦੀ ਹੈ ਲਕshmi ਬਾਰਸਿਆਂ ਜਿਉਂ ਲਿਓ ਲਾਭ ਐ ਲਕshmi ਬਾਰ ਇੱਥੇ ਸਿੰਬੋਲਿਕ ਸ਼ਬਦ ਹੈ ਲਕshmi ਦਾ ਪਤੀ ਭਗਵਰਬ ਜੋ ਵਾਹਿਗੁਰੂ ਜੀ ਦੇ ਨਾਲ ਲਿਬ ਲਾ ਲੈਂਦਾ ਹੈ ਉਹਦਾ ਪਿਆਰ ਪਾਉਂਦਾ ਹੈ ਉਹਨੂੰ ਗੁਣ ਚੰਗੇ ਲੱਗਦੇ ਨੇ ਹਰ ਬਰਤਾਰੇ ਵਿੱਚੋਂ ਸੱਚਾ ਗਿਆਨ ਅਨੁਭਵ ਹੋਣਾ ਬਹੁਤ ਚੰਗਾ ਲੱਗਦਾ ਉਹਦਾ ਨਿਜ਼ਮ ਚੰਗਾ ਲੱਗਦਾ ਸੋਗ ਮਿਟਾ ਸਭ ਹੀ ਸੁਖ ਪਾਵੇ ਉਹਦੇ ਅੰਦਰ ਫਿਰ ਚਿੰਤਾਵਾਂ ਮਿਟ ਜਾਂਦੀਆਂ ਉਹਦੇ ਅੰਦਰ ਇੱਕ ਸੰਤੁਸ਼ਟੀ ਹੁੰਦੀ ਹੈ ਜਿਉਂ ਜਿਵੇਂ ਮਰਜ਼ੀ ਹਾਲਾਤ ਹੋਣ ਉਹ ਅੰਦਰੋਂ ਸੰਤੁਸ਼ਟ ਹੁੰਦਾ ਹੈ ਸਬਰ ਸ਼ੁਕਰਾਨਾ ਹੁੰਦਾ ਉਹਦੇ ਅੰਦਰ ਆਤਮਿਕ ਸੁਖ ਮਾਣਦਾ ਅੱਖਾਂ ਖਿਰਤ ਖਪਤ ਗਏ ਕੇਤੇ ਇਸ ਦੁਨੀਆ ਤੇ ਬਹੁਤ ਲੋਕ ਖੱਗਾ ਕਰ ਤੋਂ ਕਹਿ ਰਹੇ ਨੇ ਆਪਣੇ ਜੀਵਨ ਨੂੰ ਬ्यर्थਾ ਗਵਾ ਗਏ ਸਾਰੀ ਜ਼ਿੰਦਗੀ ਚਿੰਤਾਵਾਂ ਵਿੱਚ ਆਪ ਸੁਖ ਨਹੀਂ ਮਾਣਿਆ ਆਪਣੇ ਬੱਚਿਆਂ ਨੂੰ ਪ੍ਰਾਪਰਟੀ ਪੈਸਾ ਬਣਾਉਣ ਵਾਸਤੇ ਸਾਰੀ ਜ਼ਿੰਦਗੀ ਲਾਤੀ। ਉਹਨਾਂ ਨੂੰ ਸੰਸਕਾਰ ਦੇਣ ਵਾਸਤੇ ਕੋਈ ਕੋਸ਼ਿਸ਼ ਹੀ ਨਹੀਂ ਕੀਤੀ। ਉਹਨਾਂ ਨਾਲ ਬੈਠੇ ਹੀ ਨਹੀਂ ਗੁਰੂ ਦਾ ਵਿਰਸਾ ਸਿਖਾਇਆ ਹੀ ਨਹੀਂ। ਵੱਡੇ ਹੋਏ ਹੱਥੋਂ ਨਿਕਲ ਗਏ। ਜ਼ਿੰਦਗੀ ਬੇਅਰਥ ਚਲੀ ਗਈ। ਬਹੁਤ ਨੇ ਐਸੇ ਕੱਖਾ ਕਿਰਤ ਕਪਤ ਕਹਿ ਕੇ ਤੇ ਆਪਣੇ ਅੰਦਰੋਂ ਗੁਣ ਵੀ ਗਵਾ ਲੇ। ਕਿਝ ਨਾ ਹੀ ਖਿਜਣਾ ਰਹਿ ਗਿਆ। ਹੰਕਾਰ ਗੁਮਾਨ ਬਖਾਵਾ ਰਹਿ ਗਿਆ। ਜਿੰਦਗੀ ਦੇ ਵਿੱਚ ਲੋਕ ਲਾਜ ਹੀ ਰਹੇਗੀ ਸਰੀਰ ਵੀ ਹੋ ਨਹੀਂ ਰਿਹਾ ਤੰਦਰੁਸਤੀ ਹੋ ਨਹੀਂ ਰਹੀ ਸਭ ਕੁਝ ਕਿਰਤ ਖਪਤ ਗਏ ਕੇਤੇ ਕਿਰਤ ਖਪਤ ਅਜ ਹੁਨਾ ਚੇਤੇ ਕਮਾਲ ਦੀ ਗੱਲ ਹੈ ਹਲੇ ਤੱਕ ਵੀ ਇਸ ਮਾਰਗ ਤੇ ਤੁਨ ਵਾਸਤੇ ਮਨ ਨਹੀਂ ਮੰਨ ਰਿਹਾ ਅਜਲ ਖਵਾਰ ਵੀ ਹੋ ਰਹੇ ਨੇ ਫਿਰ ਵੀ ਇਹ ਮਾਰਗ ਜਿਤੁਰਨਾ ਚੇਤੇ ਹੀ ਨਹੀਂ ਰੱਬ ਦੀ ਯਾਦ ਹੀ ਨਹੀਂ ਪੈ ਪਾਵਨੀ ਹੋਈ ਨਹੀਂ ਅਬ ਜਾ ਕੇ ਜਾਨ ਜੋ ਮਨਾ ਰਹੇ ਹਲੇ ਵੀ ਯੇਸ ਜਗ ਦੀਆਂ ਅਸਲੀਅਤ ਨੂੰ ਸਮਝ ਜਾਵੇ ਜਿਹੜੇ ਪਾਸੇ ਉਲਝਿਆ ਹੋਇਆ ਸੁਲਝਣ ਤਾਣੀ ਨੂੰ ਸਮਝ ਲਵੇ ਇਹ ਵੀ ਮਨ ਵੱਤ ਸਕਦਾ ਹੈ ਜਾਂ ਕਬ ਵਿਚਰਾ ਤਾ ਥਿਰ ਲਹ ਹੈ ਜਿਸ ਮੂਲ ਤੋਂ ਵਿਛੜਿਆ ਨਾ ਮੂਲ ਕੀ ਸੀ ਜਦੋਂ ਜਨਮ ਹੋਇਆ ਸੀ ਗੁਨਾ ਵਾਲਾ ਸੀ ਨਾ ਅੰਦਰ ਹੰਕਾਰ ਸੀ ਨਾ ਲੋਭ ਲਾਲਸੀ ਨਾ ਨਫ਼ਰਤ ਸੀ ਉਹ ਤੋ ਟੁੱਟ ਗਿਆ ਇਹਦੇ ਵਿੱਚ ਫਸ ਗਿਆ ਇਹਦਾ ਮੂਲ ਹੈ ਫਿਰ ਇਹ ਮੂਲ ਨੂੰ ਪਛਾਣ ਲਏਗਾ ਦੁਬਾਰਾ ਫਿਰ ਗੁਨਾ ਵਾਲਾ ਬਣ ਜਾਏਗਾ ਬਚਪਨ ਵਿੱਚ ਸ਼ੁੱਧ ਨੀਅਤ ਹੈ ਸ਼ੁੱਧ ਸੋਚ ਹੈ ਦੇਖੋ ਨੀਅਤ ਸ਼ੁੱਧ ਬੱਚੇ ਦੀ ਦੇਖਣੀ ਹੋਵੇ ਨਾ ਬੱਚੇ ਆਪਸ ਵਿੱਚ ਖੇਡਦੇ ਨੇ ਰੁੱਸਦੇ ਨੇ ਵਿਰੋਧ ਵਿੱਚ ਕਹਿੰਦੇ ਤੂੰ ਮੈਨੂੰ ਨਾ ਬੁਲਾਇਂ ਤੂੰ ਮੈਨੂੰ ਨਾ ਬੁਲਾਇਂ ਦੂਜੇ ਦਿਨ ਫਿਰ ਖੇਡਦੇ ਨੇ ਮਨ ਤੇ ਲਾਉਂਦੇ ਹੀ ਨਹੀਂ ਉਹ ਆ ਮੂਲ ਸੀ ਸਾਡਾ ਉਸ ਮੂਲ ਵਿੱਚ ਜਦੋਂ ਦਵਾਰੇ ਜੁੜ ਗਿਆ ਕਿਉਂਕਿ ਇਹ ਰੱਬ ਤੋਂ ਆਇਆ ਹੋਇਆ ਮਨ ਹੈ ਰੱਬ ਦੀ ਜੋਤ ਵਿੱਚੋਂ ਨਿਕਲਿਆ ਹੋਇਆ ਮਨ ਹੈ ਇਹ ਨਾਲ ਮਿਲ ਜਾਂਦਾ ਹੈ ਉਹਦਾ ਵਿਛੜਿਆ ਹੋਇਆ ਮਿਲ ਜਾਂਦਾ ਹੈ ਤੇਰੇ ਮਨ ਚੰਦਨ ਬਣ ਜਾਂਦਾ ਇਹਦੇ ਕੋਲੇ ਹੰਸ ਵਰਗਾ ਸੁਭਾਅ ਆ ਜਾਂਦਾ ਹੈ ਕਿ ਗੁਰਮਖ ਬਣ ਜਾਂਦਾ ਹੈ ਰੱਬ ਦਾ ਪੁੱਤਰ ਬਣ ਜਾਂਦਾ ਅਸੀਂ ਸਾਰਿਆਂ ਨੇ ਰੱਬ ਦੇ ਗੁਰੂ ਸੇਵ ਦੇ ਚੰਗੇ ਪੁੱਤਰ ਚੰਗੀਆਂ ਧੀਆ ਬਣਨਾ ਹੈ ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਮਝਣਾ ਹੈ ਜ਼ਿੰਦਗੀ ਜਿਉਣਾ ਹੈ ਆਪਣੇ ਵਿਰਸੇ ਨੂੰ ਪਹਿਚਾਣਨਾ ਹੈ 52 ਅੱਖਰ ਜੋਰੀਆਂ ਅਕਬੀਰ ਜੀ ਕਹਿੰਦੇ ਲੋਕਾਂ ਨੇ ਵਿਦਵਾਨ ਲੋਕਾਂ ਨੇ ਇਹ 52 ਅੱਖਰ ਪਾਵ ਲਿਪੀ ਨੂੰ ਅੱਖਰਾਂ ਨੂੰ ਜੋੜ ਕੇ ਦੁਨੀਆ ਨੂੰ ਗਿਆਨ ਦੱਸਿਆ ਸਕਿਆ ਨਾ ਅਖਰ ਏਕ ਪਛਾਨ ਅਖਰ ਜਿੱਥੇ ਐੜਾ ਕੱਕਾ ਰਾਰੇ ਨੂੰ ਔਂਕੜ ਹੈ ਉਹ ਇੱਕ ਵਚਨ ਨਾਮ ਹੈ ਸਿੰਗੂਲਰ ਨਾਉਨ ਹੈ ਉਹਦੇ ਅਰਥ ਅਖਰ ਹੈ ਅਖਰ ਜੋ ਖਰਿਆ ਨਹੀਂ ਜਾ ਸਕਦਾ ਰੱਬ ਯਾਨੀ ਅੱਖਰਾਂ ਦੇ ਨਾਲ ਸ਼ਬਦਾਵਲੀ ਦੇ ਨਾਲ ਤਾਂ ਬਹੁਤ ਕੁਝ ਕਿਹਾ ਅਰੋਦੇ ਨਾਲ ਸਾਝ ਨਹੀਂ ਪਾਈ ਨੂੰ ਸਮਰਪਿਤ ਨਹੀਂ ਹੋਇਆ ਉਸ ਪ੍ਰਭੂ ਨੂੰ ਪਛਾਨ ਨਹੀਂ ਸਕੇ ਅੱਖਰਾਂ ਦੇ ਵਿੱਚ ਲਿਖੀ ਹੋਈ ਸਿਫਤ ਸਲਾਗਾ ਨੂੰ ਬੋਲਿਆ ਪੜ੍ਹਿਆ ਸੁਣਿਆ ਗਾਇਆ ਮੰਨਿਆ ਨਹੀਂ ਆਖੋ ਰੱਬ ਦਾ ਪਹਿ ਨਹੀਂ ਅੰਦਰ ਪੈਦਾ ਹੋਇਆ ਅੰਦਰ ਚ ਉਸ ਤਲਾਕੀਆਂ ਬੈਠੀਆਂ ਟੜੇ ਬੰਦੀਆਂ ਬੈਠੀਆਂ ਨੇ ਨਫ਼ਰਤ ਨਿੰਦਾ ਦਾ ਰਸ ਬੈਠਾ ਹੈ ਸਤ ਕਾ ਸ਼ਬਦ ਕਬੀਰ ਆਕਾ ਹੈ ਭਗਤ ਕਬੀਰ ਜੀ ਕਹਿੰਦੇ ਮੈਂ ਤੇ ਕੋ ਜੋ ਰੱਬੀ ਉਪਦੇਸ਼ ਹੈ ਸਤ ਕਾ ਸ਼ਬਦ ਨਬਦੇ ਉਪਦੇਸ਼ ਉਹਦੀ ਵਿਚਾਰ ਤੁਹਾਡੇ ਸਾਹਮਣੇ ਰੱਖੀ ਹੈ ਨਬਦੇ ਉਪਦੇਸ਼ ਨੂੰ ਮੰਨਣ ਤੋਂ ਬਿਨਾ ਅਸੀਂ ਭਾਗਾਂ ਵਾਲੇ ਹਾਂ ਸਾਡੇ ਕੋਲ ਰੱਬੀ ਉਪਦੇਸ਼ ਚਾਹੇ ਭਗਤ ਕਬੀਰ ਜੀ ਨੂੰ ਸਮਝ ਆਇਆ ਚਾਹੇ ਪਕਤਾਂ ਨੂੰ ਚਾਹੇ ਪਟਾਂ ਨੂੰ ਚਾਹੇ ਗੁਰਸਿੱਖਾਂ ਨੂੰ ਗੁਰੂ ਸਹਿਬ ਰਚਨਹਾਰੇ ਗੁਰੂ ਸਹਿਬਾਨਾਂ ਦਾ ਉਹ ਸਾਰਾ ਉਪਦੇਸ਼ ਦਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪਿਆ ਹੈ ਸੀ ਕਰਮ ਕੰਡਾਂ ਵਿੱਚ ਉਲਝੀ ਜਾ ਰਹੇ ਆਂ। ਬਾਤ ਕੋਈ ਹੋਰ ਕਰੇ ਫਲ ਮੈਨੂੰ ਮਿਲ ਜਾਵੇ। ਜੇ ਪੇਟ ਆਮਾਂ ਦੇ ਸਵਾਰਥੀ ਲੋਕਾਂ ਨੇ ਸਾਡੇ ਅੰਦਰ ਹੀ ਪਾ ਦਿੱਤਾ। ਆਪ ਬਾਣੀ ਨੂੰ ਪੜ੍ਹਨਾ ਹੈ, ਆਪ ਸਮਝਣਾ ਹੈ। ਸੋ ਰਬੀ ਉਪਦੇਸ਼ ਨੇ ਜੀਵਨ ਸਵਾਰਨ ਹੈ। ਭਗਤ ਕਬੀਰ ਜੀ ਕਹਿਣ ਲੱਗੇ ਜੋ ਰੱਬ ਦਾ ਉਪਦੇਸ਼ ਹੈ ਸਤ ਕਾ ਸ਼ਬਦ ਕਬੀਰਾਂ ਕਹਾ ਹੈ। ਬਹਤੇ ਉਪਦੇਸ਼ ਦੀ ਵਿਚਾਰ ਤੁਹਾਡੇ ਸਾਹਮਣੇ ਕੀਤੀ ਹੈ। ਪੰਡਿਤ ਹੋਏ ਸੋ ਅਨਪੈਰ ਹੈ। ਅੰਧੇ ਅਰਥ ਗਿਆਨਵਾਨ ਅਸਲੀ ਗਿਆਨਵਾਨ ਉਹ ਹੈ ਅਸਲੀ ਵਿਦਵਾਨ ਉਹ ਹੈ ਜਿਹਨੂੰ ਅਨੁਭਵਤਾ ਆ ਗਈ ਅਨੁਭਵਤਾ ਵਿੱਚ ਰਹਿੰਦਾ ਹੈ ਜਿੰਨਾ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ ਅਰਥ ਸਿੱਖਦੇ ਹਾਂ ਇਹ ਇਨਫੋਰਮੇਸ਼ਨ ਹੈ ਜਾਣਕਾਰੀ ਹੈ ਗਿਆਨ ਨਹੀਂ ਹੈ ਜਦੋਂ ਅਸੀਂ ਜ਼ਿੰਦਗੀ ਜਿਉਂਨੇ ਆ ਕਿਸੇ ਚੀਜ਼ ਨੂੰ ਅਨੁਭਵ ਕਰਦੇ ਹਾਂ ਉਹ ਗਿਆਨ ਹੁੰਦਾ ਹੈ ਵਰਤਾਰੇ ਵਰਤਦੇ ਨੇ ਜਿਹਨੂੰ ਜ਼ਿੰਦਗੀ ਜਿਉਣੀ ਆ ਗਈ ਗੋਮਰਤਾਰਿਆਂ ਵਿੱਚੋਂ ਰੱਬ ਦੇ ਉਪਦੇਸ਼ ਨੂੰ ਅਨੁਭਵ ਕਰਦੇ ਨੇ ਜੇ ਲੋਕ ਵਿਡਿਆਈ ਕਰਦਾ ਹੈ ਉਹ ਅਨੁਭਵ ਕਰਦੇ ਨੇ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣਾ ਮੇਰਾ ਇਹ ਮੇਰੀ ਨਹੀਂ ਹੈ ਵਡਿਆਈ ਤੁਹਾਡੀ ਹੈ ਉਹ ਅਨੁਭਵ ਕਰਦੇ ਨੇ ਉਹਨਾਂ ਦੀ ਅਨੁਭਵਤਾ ਹੈ ਜੇ ਲੋਕ ਨਿੰਦਾ ਕਰਦੇ ਨੇ ਉਹ ਕਹਿੰਦੇ ਜੇ ਲੋਕ ਨਿੰਦਾ ਤਾਂ ਕੀ ਘਟ ਜਾਈ ਇਹ ਉਹਨਾਂ ਦੀ ਅਨੁਭਵਤਾ ਹੈ ਕੋਈ ਫਰਕ ਨਹੀਂ ਪਏਗਾ ਜਿਹੜੇ ਅਨੁਭਵਤਾ ਵਿੱਚ ਰਹਿੰਦੇ ਨੇ ਅਸਲੀ ਵਿਦਵਾਨ ਉਹ ਨੇ ਪੰਡਿਤ ਲੋਕਾਂ ਦਾ ਉਹ ਵਿਵਹਾਰ ਜਿਹਨੂੰ ਅਨੁਭਵਤਾ ਵਿੱਚ ਨਹੀਂ ਜਿਉਣਾ ਆਇਆ ਜਿਹਨੂੰ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਨਿਕਲੇ ਹੋਏ ਗਿਆਨ ਦੀ ਡਿਸਕਸ ਨਹੀਂ ਕਰਨੀ ਆਈ ਉਸ ਗਿਆਨ ਨੂੰ ਜਿਉਣਾ ਨਹੀਂ ਆਇਆ ਉਹ ਤੇ ਮੇ ਧੰਦਾ ਬਣਾ ਲਿਆ ਲੋਕਾਂ ਨੇ ਰੱਬੀ ਵਿਚਾਰ ਨੂੰ ਪੜ੍ਹਨਾ ਰੱਬੀ ਵਿਚਾਰ ਨੂੰ ਗਾਉਣਾ ਲੋਕਾਂ ਨੂੰ ਸੁਣਾਉਣਾ ਵਿਵਹਾਰ ਧੰਦਾ ਬਣਾ ਲਿਆ ਆਪਣਾ ਸਵਾਰਥ ਪੂਰਾ ਕਰ ਰਹੇ ਜਿਉਣਾ ਨਹੀਂ ਚਾਹੁੰਦੇ ਸਵਾਰਥ ਵਿੱਚ ਉਲਝੇ ਹੋਏ ਨੇ ਗਿਆਨवान ਕੋ ਤਤ ਵਿਚਾਰ ਜਿਹੜਾ ਗਿਆਨਮਾਨ ਮਨ ਅਸਲੀ ਵਿਚਾਰ ਨਾਲ ਮਕਸਦ ਹੈ ਅਸਲੀ ਵਿਚਾਰ ਹੁੰਦੀ ਹੈ ਜ਼ਿੰਦਗੀ ਚ ਜਿਉਣਾ ਉਸ ਨੂੰ ਮੰਨਣਾ ਜਾਂ ਕਹਿ ਜੀ ਜੈਸੀ ਬੁੱਧ ਹੋਈ ਜਿਸ ਤਰ੍ਹਾਂ ਦੇ ਮਨੁੱਖ ਦੀਆਂ ਬਿਰਤੀਆਂ ਨੇ ਉਸ ਤਰ੍ਹਾਂ ਦੀ ਉਹਦੇ ਕੋਲੇ ਮਤ ਹੈ ਜਿਹਦੀਆਂ ਬਿਰਤੀਆਂ ਨੀਵੇਂ ਪੱਧਰ ਦੀਆਂ ਨੇ ਆਤਾਂ ਨੀਵੇਂ ਪੱਧਰ ਦੀਆਂ ਨੇ ਉਹਦੀ ਬੁੱਧ ਉਹਦੀ ਸੋਚ ਵੀ ਨੀਵੀਂ ਹੈ ਜਿਹਨੀਆਂ ਹੱਤਾਂ ਕਮਾਲ ਦੀਆਂ ਨੇ ਜਿਹਦੇ ਨਿਸ਼ਾਨੇ ਉੱਚੇ ਨੇ ਵਿਜ਼ਨ ਉੱਚਾ ਹੈ ਮਿਸ਼ਨ ਉੱਚਾ ਹੈ ਇਹ ਦੇ ਕੋਲੇ ਆਪਾਂ ਵਰਨ ਦੀ ਭਾਵਨਾ ਹੈ ਉਹਦੀ ਬੁੱਧ ਉਹਦੀ ਸੋਚ ਵੀ ਉੱਚੀ ਹੈ ਕਹੇ ਕਿ ਮੀਨ ਜਾਣਾਂਗਾ ਸੋਈ ਉਹ ਹੀ ਜਾਣੇਗਾ ਜਿਹਦੇ ਕੋਲੇ ਇਹ ਬੁੱਧ ਆਏਗੀ ਜਿਹੜੀ ਬੁੱਧ ਉੱਚੀ ਸੋਚ ਵਾਲੀ ਉੱਚੇ ਨਿਸ਼ਾਨੇ ਵਾਲੀ ਅਸਲੀ ਉਹ ਇੰਟੈਲੈਕਚੁਅਲ ਹੈ ਗੁਰੂ ਪਾਤਸ਼ਾਹ ਕਿਰਪਾ ਨਾਲ ਨੂੰ ਫਿਰ 343 ਅੰਗ ਦੀ ਵਿਚਾਰ ਲੈ ਕੇ ਪਨੇਕਰ ਤੁਹਾਡੇ ਸਾਹਮਣੇ ਖਾਜ਼ਰ ਹੋਵਾਂਗਾ ਹੱਦ ਤੱਕ ਲਈ ਗੁਰੂ ਫਤਿਹ ਜੀ ਬਲੰਚੁਕਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਜੀਵਨ ਜੀਮ